ਵੇਖੋ ਭਾਈ ਲੈਣਾ ਜੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਸਿੱਖਣ ਲਈ ਆਏ, ਫਿਰ ਸੇਵਾ ਲਈ ਪਤਾ ਨੀ ਕਿੱਥੇ 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 ਗਏ, ਕਿੰਨਿਆਂ ਕਿੰਨਿਆਂ ਪਾਪੀਆਂ ਨੂੰ ਤਾਰਿਆ। ਪਹਿਲਾਂ ਖੁਦ ਤਰੇ, ਪਹਿਲਾਂ ਖੁਦ ਸਿੱਖੇ, ਫਿਰ ਪਤਾ ਨੀ ਕਿੰਨੇ ਡੁੱਬਦਿਆਂ ਹੋਇਆਂ ਨੂੰ ਤਾਰਿਆ। ਏਦਾਂ ਹੀ ਬਾਬਾ ਅਮਰਦਾਸ ਜੀ ਖਡੂਰ ਸਾਹਿਬ ਦੀ ਧਰਤੀ ਤੇ ਆਏ, ਸਿੱਖਣ ਲਈ ਆਏ, ਫਿਰ ਸੇਵਾ ਲਈ ਪਤਾ ਨੀ ਕਿੱਥੇ ਕਿੱਥੇ ਗਏ। ਕਿੰਨੇ ਦੁਖੀਆਂ ਦੀ ਜਾ ਕੇ ਬਾਂਹ ਫੜੀ ਬਾਬਾ ਗੁਰੂ ਅਮਰਦਾਸ। ਇਸ ਕਰਕੇ ਪਿਆਰਿਓ, ਜੇ ਸਕੂਲਾਂ ਦੀ ਗਿਣਤੀ ਵਧੀ ਹੈ ਤੇ ਸਮਾਜ ਜਿਹੜਾ ਪੜ੍ਹਿਆ ਲਿਖਿਆ ਦਾ ਹੋ ਗਿਆ, ਅੱਜ ਹਰ ਘਰ ਵਿੱਚ ਬੱਚਾ ਪੜ੍ਹਿਆ ਲਿਖਿਆ ਪੈਦਾ ਹੋ ਰਿਹਾ ਹੈ, ਤੇ ਮੇਰੀ ਬੇਨਤੀ ਇਹ ਹੈ ਜੇ ਇਲਾਕੇ ਦੇ ਵਿੱਚ, ਜੇ ਸਮਾਜ ਵਿੱਚ ਗੁਰਦੁਆਰਿਆਂ ਦੀ ਗਿਣਤੀ ਵੱਧ ਰਹੀ ਹੈ, ਤੇ ਮੇਰੀ ਬੇਨਤੀ ਇਹ ਹੈ ਸਮਾਜ ਸਿੱਖੀ ਵਿੱਚੋਂ ਵੀ ਅੱਗੇ ਵਧਣਾ ਚਾਹੀਦਾ ਹੈ। ਹਰ ਘਰ ਵਿੱਚ ਸਿੱਖ ਪੈਦਾ ਹੋਣਾ ਚਾਹੀਦਾ, ਹਰ ਘਰ ਵਿੱਚ ਸਿੱਖੀ ਪੈਦਾ ਹੋਣੀ। ਇਹ ਤਾਂ ਹੋਣੀ ਹੈ ਜੇ ਅਸੀਂ ਗੁਰਦੁਆਰਾ ਸਾਹਿਬ ਸਿੱਖੀ ਲੈਣ ਆਵਾਂਗੇ। ਹੁਣ ਸਾਡੀ ਪ੍ਰੋਬਲਮ ਇਹ ਹੈ ਅਸੀਂ ਗੁਰਦੁਆਰਾ ਸਾਹਿਬ ਕਿਤੇ ਸਿੱਖੀ ਲੈਣ ਨਹੀਂ ਆਉਂਦੇ, ਸਾਡੀ ਪ੍ਰੋਬਲਮ ਇਹ ਹੈ ਅਸੀਂ ਗੁਰਦੁਆਰਾ ਸਾਹਿਬ ਸਿੱਖੀ ਲੈਣ ਨਹੀਂ ਆਉਂਦੇ। ਅਸੀਂ ਵੇਖੋ ਜੀ, ਅਸੀਂ ਇੱਥੇ ਆਉਂਦੇ ਹਾਂ, ਇੱਥੇ ਆ ਕੇ ਖੜ੍ਹਦੇ ਹਾਂ, ਇੱਥੇ ਆ ਕੇ ਖੜ੍ਹੇ, ਕਿਸੇ ਦੀ ਅਰਦਾਸ ਇਹ ਹੈ ਵੀ ਮੈਨੂੰ ਬਾਹਰ ਦਾ ਵੀਜ਼ਾ ਮਿਲ ਜੇ, ਕੋਈ ਕਹਿੰਦਾ ਮੈਨੂੰ ਪੁੱਤ ਮਿਲ ਜੇ, ਕੋਈ ਕਹਿੰਦਾ ਮੈਨੂੰ ਨੌਕਰੀ ਮਿਲ ਜੇ, ਕੋਈ ਕਹਿੰਦਾ ਮੈਨੂੰ ਗੱਡੀ ਮਿਲ ਜੇ, ਕੋਈ ਕਹਿੰਦਾ ਮੈਨੂੰ ਘਰ ਮਿਲ ਜੇ, ਕੋਠੀ ਮਿਲ ਜੇ। ਹਰ ਇੱਕ ਬੰਦੇ ਦੀਆਂ ਆਪੋ ਆਪਣੀਆਂ ਮੰਗਾਂ ਨੇ, ਪਰ ਨਹੀਂ, ਇੱਥੇ ਇੱਥੇ ਖੜ ਕੇ ਇੱਕੋ ਹੀ ਦਾਤ ਮੰਗਣੀ ਚਾਹੀਦੀ ਹੈ ਵੀ ਸਤਿਗੁਰੂ ਕਿਰਪਾ ਕਰੋ, ਜ਼ਿੰਦਗੀ ਜਿਉਣ ਦਾ ਚੱਜ ਸਿਖਾ ਦੇ, ਜ਼ਿੰਦਗੀ ਜਿਉਣ ਦਾ ਚੱਜ ਮਿਲ ਜਾਏ। ਜਿਹੜੀ ਅਕਲ ਤੁਹਾਡੇ ਕੋਲ ਹੈ ਉਹ ਅਕਲ ਮੇਰੇ ਕੋਲ ਆ ਜਾਏ। ਮੇਰਾ ਮੰਨਣਾ ਇਹ ਹੈ ਵੀ ਜਿਹੜਾ ਬੰਦਾ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਖੜ ਕੇ ਦੁਨਿਆਵੀ ਪਦਾਰਥ ਮੰਗਦਾ ਹੈ ਨਾ, ਦੁਨਿਆਵੀ ਪਦਾਰਥ ਮੰਗਦਾ ਹੈ, ਕੋਈ ਕਹਿੰਦਾ ਜੀ ਮੇਰੇ ਕੋਲ ਪੁੱਤ ਹੋ ਜਾਏ, ਕੋਈ ਪੁੱਤ ਦੀ ਤੰਦਰੁਸਤੀ ਮੰਗਦਾ, ਕੋਈ ਕੁਝ ਮੰਗਦਾ, ਕੋਈ ਕੁਝ ਮੰਗਦਾ, ਮੇਰਾ ਮੰਨਣਾ ਇਹ ਹੈ ਵੀ ਉਸ ਬੰਦੇ ਦੇ ਹਾਲਾਤ ਇਦਾਂ ਦੇ ਨੇ। ਮੰਨ ਲਓ ਜਿਵੇਂ ਇੱਕ ਬੱਚਾ ਆਪਣੇ ਟੀਚਰ ਨੂੰ ਕਵੇ, ਇੱਕ ਬੱਚਾ ਆਪਣੇ ਟੀਚਰ ਨੂੰ ਕਵੇ ਵੀ ਅਧਿਆਪਕ ਸਾਹਿਬ, ਮਾਸਟਰ ਜੀ, ਆ ਤੁਹਾਡਾ ਪੈਨ ਜਿਹੜਾ ਲੱਗਿਆ ਜੇਬ ਵਿੱਚ ਇਹ ਮੈਨੂੰ ਦੇ ਦਿਓ, ਤੁਹਾਡੀ ਗੱਡੀ ਜਿਹੜੀ ਬਾਹਰ ਖੜੀ ਹੈ ਨਾ ਪਾਰਕਿੰਗ ਦੇ ਵਿੱਚ, ਇਹਦੀ ਚਾਬੀ ਮੈਨੂੰ ਦੇ ਦਿਓ, ਤੁਹਾਡੀ ਤਨਖਾਹ ਕਿੰਨੀ ਹੈ, ਕਹਿੰਦਾ 70,000, ਗੱਡੀ ਮੈਨੂੰ ਦੇ ਦਿਓ, ਤੁਹਾਡੀ ਤੇ 70,000 ਰੁਪਏ ਸੈਲਰੀ ਹੈ, ਤੁਸੀਂ ਤੇ ਹੋਰ ਲੈ ਲਓਗੇ। ਫਿਰ ਕੀ ਕਹਿੰਦਾ, ਫਿਰ ਕਹਿੰਦਾ ਜੀ ਤੁਹਾਡੀ ਕੋਠੀ ਬਹੁਤ ਸੋਹਣੀ ਹੈ, ਇੱਕ ਕਮਰਾ ਮੈਨੂੰ ਦੇ ਦਿਓ, ਤੇ ਅੱਗੋਂ ਟੀਚਰ ਕੀ ਕਹਿੰਦਾ, ਉਹ ਭੋਲਿਆ ਮੇਰੇ ਕੋਲੋਂ ਪੈਨ ਲੈਣ ਜੋਗਾ ਹੀ ਹੈ, ਮੇਰੇ ਕੋਲੋਂ ਆ ਪਦਾਰਥ ਮੰਗਣ ਜੋਗਾ ਹੀ ਹੈ, ਜੋ ਤੈਨੂੰ ਪੜ੍ਹਾ ਰਿਹਾ, ਜੋ ਤੈਨੂੰ ਸਮਝਾ ਰਿਹਾ ਉਹਨੂੰ ਆਪਣੀ ਜ਼ਿੰਦਗੀ ਵਿੱਚ ਸਮਝ ਲੈ, ਹੋ ਸਕਦਾ ਇਸ ਤੋਂ ਮਹਿੰਗਾ ਪੈਨ ਆਪਣੀ ਜੇਬ ਵਿੱਚ ਲਾ ਲੈ, ਜੋ ਤੈਨੂੰ ਸਮਝਾ ਰਿਹਾ ਉਹਨੂੰ ਸਮਝ, ਅਕਲ ਲੈ ਮੇਰੇ ਤੋਂ, ਮਤ ਲੈ, ਗਿਆਨ ਲੈ ਮੇਰੇ ਤੋਂ, ਸੋਝੀ ਲੈ, ਅੱਗੇ ਵੱਧ। ਮੈਂ ਤੇ 70,000 ਰੁਪਏ ਮਹੀਨੇ ਦੀ ਸੈਲਰੀ ਲੈਂਦਾ, ਹੋ ਸਕਦਾ ਤੂੰ 1,00,000 ਰੁਪਏ ਸੈਲਰੀ ਲੈਣ ਲੱਗ ਪਏ, ਅੱਗੇ ਵੱਧ ਮੇਰੇ ਨਾਲੋਂ। ਇਸ ਕਰਕੇ ਪਿਆਰੋ, ਇੱਥੇ ਖੜ ਕੇ ਨਾ ਗੁਰੂ ਗ੍ਰੰਥ ਸਾਹਿਬ ਤੋਂ ਅਕਲ ਮੰਗਣੀ ਚਾਹੀਦੀ, ਗਿਆਨ ਮੰਗਣਾ ਚਾਹੀਦਾ। ਧਿਆਨ ਨਾਲ ਸੁਣਿਓ ਇਕੱਲੀ ਇਕੱਲੀ ਬੇਨਤੀ, ਥੋੜ੍ਹਾ ਜਿਹਾ ਇਤਿਹਾਸ ਵਿੱਚ ਝਾਤ ਮਾਰੋ। ਜਿਸ ਵੇਲੇ ਸਿੱਖਾਂ ਦੇ ਗੁਰੂ ਨੇ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ, ਤੇ ਗੁਰੂ ਅਰਜਨ ਸਾਹਿਬ ਜੀ ਦੇ ਜੀਵਨ ਵਿੱਚ ਜ਼ਿਕਰ ਹੁੰਦਾ ਭਾਈ ਮਾਝ ਜੀ ਦਾ, ਭਾਈ ਮਾਝ ਜੀ ਜਿਹੜੇ ਨੇ ਇਹਨਾਂ ਦਾ ਬਚਪਨ ਦਾ ਨਾਮ ਸੀ ਭਾਈ ਤੀਰਥਾ, ਨਾਮ ਇਹਨਾਂ ਦਾ ਤੀਰਥਾ ਸੀ, ਪਰ ਪਿੰਡ ਮੰਝਕੀ ਹੋਣ ਕਰਕੇ ਨਾਮ ਪ੍ਰਚਲਿਤ ਭਾਈ ਮਾਝ ਹੋ ਗਿਆ। ਅਸਲ ਨਾਮ ਜਿਹੜਾ ਸੀ ਉਹ ਸੀ ਭਾਈ ਤੀਰਥਾ, ਪਿੰਡ ਮੰਝਕੀ ਸੀ, ਮੰਝਕੀ ਪਿੰਡ ਹੋਣ ਕਰਕੇ ਨਾਮ ਪ੍ਰਚਲਿਤ ਹੋ ਗਿਆ ਭਾਈ ਮਾਝ। ਹੁਣ ਇਹਨਾਂ ਦਾ ਜੀਵਨ ਕੀ ਹੈ ਵੀ ਜਦੋਂ ਜਿਸ ਵੇਲੇ ਇਹਨਾਂ ਦੀ ਮਾਤਾ ਦਾ, ਭਾਈ ਤੀਰਥੇ ਦੀ ਮਾਂ ਦਾ ਆਨੰਦ ਕਾਰਜ ਹੋਇਆ, ਤੇ ਭੁਲੇਖੇ ਦੇ ਨਾਲ ਜਿਹੜਾ ਆਨੰਦ ਕਾਰਜ ਸੀ ਉਹ ਸਖੀ ਸਰਵਰੀਆਂ ਦੇ ਘਰ ਵਿੱਚ ਹੋ ਗਿਆ। ਉਹਨਾਂ ਵੇਲਿਆਂ ਦੇ ਵਿੱਚ ਜਿਹੜੇ ਰਿਸ਼ਤੇ ਸੀ ਉਹ ਪਿੰਡਾਂ ਦੇ ਜਿਹੜੇ ਸਾਂਝੇ ਬੰਦੇ ਹੁੰਦੇ ਸੀ, ਨਾਈ ਵਗੈਰਾ ਹੋ ਗਏ, ਪਿੰਡਾਂ ਦੇ ਜਿਹੜੇ ਸਾਂਝੇ ਬੰਦੇ ਹੁੰਦੇ ਸੀ ਉਹ ਰਿਸ਼ਤੇ ਕਰਾਉਂਦੇ ਸੀ, ਤੇ ਉਹਨਾਂ ਨੇ ਬਿਨਾਂ ਵੇਖੇ ਬਸ ਦੌਲਤ ਵੇਖ ਲਈ, ਸ਼ੋਹਰਤ ਵੇਖ ਲਈ, ਜ਼ਮੀਨਾਂ ਵੇਖ ਲਈਆਂ, ਪਰ ਸਿੱਖੀ ਨਾ ਵੇਖੀ। ਇਹਨਾਂ ਦੀ ਮਾਤਾ ਦਾ ਰਿਸ਼ਤਾ ਜਿਹੜਾ ਉਹ ਸਖੀ ਸਰਵਣੀਆਂ ਦੇ ਘਰ ਵਿੱਚ ਹੋ ਗਿਆ। ਹੁਣ ਇਹ ਜਿਹੜੇ ਨੇ ਇਹ ਗੁਰੂ ਨਾਨਕ ਦੇ ਸ਼ਰਧਾਲੂ ਨੇ,
ਜਿਨ੍ਹਾਂ ਦੇ ਘਰ ਵਿੱਚ ਰਿਸ਼ਤਾ ਹੋਇਆ ਉਹ ਸਖੀ ਸਰਵਰੀਆਂ ਦੇ ਪੁਜਾਰੀ ਨੇ ਘਰ ਵਿੱਚ ਹਰ ਵੀਰਵਾਰ ਨੂੰ ਟੌਂਕੀ ਵੀ ਭਰੀ ਜਾਂਦੀ ਹੈ ਦੀਵਾ ਵੀ ਜਗਦਾ ਸਮਾਂ ਲੰਘਦਾ ਗਿਆ ਘਰ ਦੇ ਵਿੱਚ ਪੁੱਤਰ ਪੈਦਾ ਹੋਇਆ ਜਿਹਦਾ ਨਾਮ ਭਾਈ ਤੀਰਥਾ ਰੱਖਿਆ ਹੁਣ ਮਾਂ ਨੇ ਜਦੋਂ ਵੀ ਪੁੱਤਰ ਨੂੰ ਨਵਾਉਣਾ ਕੇਸਾਂ ਵਿੱਚ ਕੰਘਾ ਕਰਨਾ ਤੇ ਮਾਂ ਨੇ ਕਹਿਣਾ ਤੀਰਥਿਆ ਤੈਨੂੰ ਗੁਰੂ ਨਾਨਕ ਦੇ ਘਰ ਵਿੱਚੋਂ ਮੰਗ ਕੇ ਲਿਆ ਪੁੱਤਰਾ ਇੱਕ ਦਿਨ ਗੁਰੂ ਨਾਨਕ ਦੇ ਘਰ ਵਿੱਚ ਜ਼ਰੂਰ ਜਾਵੀਂ ਆਪਣੀ ਗੁਰੂ ਨਾਨਕ ਦੇ ਘਰ ਤੇ ਸ਼ਰਧਾ ਬਹੁਤ ਹੈ ਕਿਉਂਕਿ ਮਾਂ ਚਾਹੁੰਦੀ ਹੈ ਵੀ ਜੇ ਮੈਂ ਇਸ ਘਰ ਵਿੱਚ ਆਈ ਹਾਂ ਵੀ ਇਹ ਘਰ ਵਾਲੇ ਉਲਟ ਚੱਲਦੇ ਨੇ ਸਖੀ ਸਰਬਣੀਆਂ ਦੇ ਪੁਜਾਰੀ ਨੇ ਮਾਂ ਚਾਹੁੰਦੀ ਹੈ ਵੀ ਮੈਂ ਆਪਣੇ ਬੱਚੇ ਨੂੰ ਸਿੱਖੀ ਵਾਲੇ ਪਾਸੇ ਲਾ ਦਿਆਂ ਹੋ ਸਕਦਾ ਇਹ ਜਿੰਨੀ ਵੀ ਇਸ ਸਾਰੀ ਜ਼ਿੰਦਗੀ ਚੇਂਜ ਹੋ ਜਾਏ ਜ਼ਰੂਰ ਟਰਨ ਲੈ ਜਾਣ ਇੱਕ ਪਾਸੇ ਹੋ ਜਾਣ ਪੁੱਤ ਮੇਰਾ ਸਿੱਖੀ ਵਾਲੇ ਪਾਸੇ ਆ ਜਾਏ ਔਲਾਦ ਸਿੱਖੀ ਵਾਲੇ ਪਾਸੇ ਹੋ ਜਾਏਗੀ ਬਾਕੀ ਪਰਿਵਾਰ ਆਪੇ ਉੱਧਰੋਂ ਤੁਰ ਪੈਣਗੇ ਮਾਂ ਨੇ ਹਰ ਰੋਜ਼ ਬੱਚੇ ਨੂੰ ਕਹਿਣਾ ਕਰਨਾ ਪੁੱਤਰਾ ਇੱਕ ਦਿਨ ਗੁਰੂ ਨਾਨਕ ਦੇ ਘਰ ਵਿੱਚ ਜ਼ਰੂਰ ਜਾਏ ਸਮਾਂ ਲੰਘਦਾ ਗਿਆ ਮਾਂ ਚੜ੍ਹਾਈ ਕਰ ਗਈ ਬੱਚੇ ਨੂੰ ਪਾਲਣ ਦੀ ਜ਼ਿੰਮੇਵਾਰੀ ਬਾਕੀ ਪਰਿਵਾਰਕ ਮੈਂਬਰਾਂ ਤੇ ਆਣ ਪਈ ਦਾਦੇ ਦਾਦੀ ਤੇ ਪਿਤਾ ਤੇ ਹੁਣ ਉਹ ਜਿੰਨੇ ਸੀ ਉਹ ਸਾਰੇ ਸੀ ਪੱਕੇ ਸ਼ਰਧਾਲੂ ਸਖੀ ਸਰਵਰੀਆਂ ਦੇ ਜਿੱਥੇ ਆਪ ਦੀਵਾ ਜਗਾਉਣ ਜਾਂਦੇ ਨੇ ਉੱਥੇ ਤੀਰਥੇ ਨੂੰ ਵੀ ਨਾਲ ਲੈ ਕੇ ਜਾਂਦੇ ਨੇ ਜਿੱਥੇ ਆਪ ਪੀਰਖਾਨੇ ਤੇ ਰੋਟ ਚੜਾਉਣ ਜਾਂਦੇ ਨੇ ਉੱਥੇ ਤੀਰਥੇ ਨੂੰ ਵੀ ਨਾਲ ਲੈ ਕੇ ਜਾਂਦੇ ਨੇ ਅੱਛਾ ਜੀ ਤੀਰਥੇ ਦੇ ਉੱਪਰ ਅਸਰ ਪੈ ਗਿਆ ਪਰਿਵਾਰ ਦਾ ਜਿੱਥੇ ਪਹਿਲਾਂ ਪਿਤਾ 72 ਪਿੰਡਾਂ ਦਾ ਚੌਧਰੀ ਹੈ ਉੱਥੇ ਭਾਈ ਤੀਰਥਾ 72 ਪਿੰਡਾਂ ਦਾ ਚੌਧਰੀ ਬਣ ਗਿਆ ਪਿਤਾ ਤੋਂ ਬਾਅਦ ਜਿਹੜੀ ਜ਼ਿੰਮੇਵਾਰੀ ਹੈ ਉਹ ਪੁੱਤ ਕੋਲ ਆ ਗਈ ਪਹਿਲਾਂ ਪਿਤਾ ਸੀ ਜਿਹੜਾ ਉਹ ਇਲਾਕੇ ਵਿੱਚੋਂ ਸੰਗ ਲੈ ਕੇ ਜਾਂਦਾ ਸੀ ਪੀਰਖਾਨੇ ਤੇ ਰੋਟ ਚੜਾਉਣ ਵਾਸਤੇ ਹੁਣ ਪੁੱਤ ਸੰਗ ਲੈ ਕੇ ਜਾਂਦਾ ਪਹਿਲਾਂ ਪਿਤਾ 72 ਪਿੰਡਾਂ ਦਾ ਚੌਧਰੀ ਸੀ ਹੁਣ ਪੁੱਤ 72 ਪਿੰਡਾਂ ਦਾ ਚੌਧਰੀ ਬਣ ਗਿਆ ਸਮਾਂ ਲੰਘਦਾ ਗਿਆ ਇੱਕ ਦਿਨ ਭਾਈ ਤੀਰਥਾ ਤੁਰਿਆ ਜਾਂਦਾ ਤੇ ਕੰਨਾਂ ਵਿੱਚ ਆਵਾਜ਼ ਪਈ ਇੱਕ ਗੁਰੂ ਕਾ ਸਿੱਖ ਆਨੰਦ ਸਾਹਿਬ ਦੀ ਬਾਣੀ ਪੜ੍ਹਦਾ ਪਿਆ ਬਾਣੀ ਪੜ੍ਹੀ ਜਾ ਰਹੀ ਹੈ ਸ਼ਬਦ ਪੜ੍ਹਦੇ ਪਏ ਨੇ 13ਵੀਂ ਪੌੜੀ ਹੈ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਹੁਣ ਤੁਹਾਨੂੰ ਪਤਾ ਹੈ ਜਿਹੜੇ ਬਾਣੀ ਪੜ੍ਹਦੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੇ ਸ਼ਬਦ ਨੇ ਨਾ ਜੇ ਤੇ ਉਹ ਸ਼ਬਦ ਕਿਸੇ ਗੁਰੂ ਸਾਹਿਬਾਨ ਹੁੰਦਾ ਫਿਰ ਤੇ ਅਖੀਰ ਵਿੱਚ ਆਉਂਦਾ ਨਾਨਕ ਨਾਨਕ ਨਾਮ ਆਉਂਦਾ ਅਖੀਰ ਵਿੱਚ ਜੇ ਉਹ ਸ਼ਬਦ ਕਿਸੇ ਭਗਤ ਸਾਹਿਬ ਦੇ ਤੇ ਉਸ ਭਗਤ ਦਾ ਨਾਮ ਆਉਂਦਾ ਜਿਵੇਂ ਕਹਿ ਰਵਿਦਾਸ ਕਹੋ ਕਬੀਰ ਨਾਮਾ ਕਹਿ ਸੁਣੋ ਰਿਸ ਇੱਦਾਂ ਜੇ ਤੇ ਕਿਸੇ ਭਗਤ ਸਾਹਿਬ ਦੇ ਤੇ ਅਖੀਰ ਵਿੱਚ ਭਗਤ ਦਾ ਨਾਮ ਆਉਂਦਾ ਜੇ ਗੁਰੂ ਸਾਹਿਬਾਨ ਹੁੰਦਾ ਤੇ ਅਖੀਰ ਵਿੱਚ ਨਾਨਕ ਨਾਮ ਆਉਂਦਾ ਹੁਣ ਪੌੜੀ ਦੀ ਸਮਾਪਤੀ ਤੇ ਨਾਮ ਆਇਆ ਨਾਨਕ ਇਹਦੇ ਕੰਨਾਂ ਵਿੱਚ ਆਵਾਜ਼ ਪੈ ਗਈ ਨਾਨਕ ਸ਼ਬਦ ਦੀ ਇਹ ਕੋਲ ਗਿਆ ਕਹਿੰਦਾ ਤੂੰ ਨਾਨਕ ਨੂੰ ਜਾਣਦਾ ਕਹਿੰਦੇ ਮੈਂ ਨਹੀਂ ਦੁਨੀਆ ਜਾਣਦੀ ਆ ਹੁਣ ਜਦੋਂ ਨਾਮ ਸੁਣਿਆ ਨਾਨਕ ਦੇ ਮਾਂ ਦੀਆਂ ਸੁਣਾਈਆਂ ਹੋਈਆਂ ਗੱਲਾਂ ਅੰਦਰ ਸੇਵ ਪਈਆਂ ਸੀ ਉਹ ਯਾਦ ਆ ਗਈ ਵੀ ਮਾਂ ਕਹਿੰਦੀ ਹੁੰਦੀ ਸੀ ਪੁੱਤਰਾ ਗੁਰੂ ਨਾਨਕ ਦੇ ਘਰ ਵਿੱਚ ਇੱਕ ਦਿਨ ਜ਼ਰੂਰ ਜਾਵੀਂ ਆ ਵੀ ਗੁਰੂ ਨਾਨਕ ਦਾ ਘਰ ਹੈ ਉਸ ਵੇਲੇ ਗੁਰਦਾ ਗੱਦੀ ਤੇ ਕੌਣ ਨੇ ਗੁਰੂ ਅਰਜਨ ਸਾਹਿਬ ਤੇ ਅੱਜ ਕੌਣ ਨੇ ਗੁਰੂ ਗ੍ਰੰਥ ਸਾਹਿਬ ਅਸੀਂ ਆਪਣੇ ਆਪ ਨੂੰ ਨਾਲ ਲੈ ਕੇ ਚੱਲਣਾ ਮੇਰਾ ਇਤਿਹਾਸ ਸੁਣਾਉਣ ਦਾ ਮਤਲਬ ਇਹ ਹੈ ਵੀ ਆਪਣੇ ਆਪ ਨੂੰ ਨਾਲ ਲੈ ਕੇ ਚੱਲੀਏ ਭਾਈ ਮੰਝ ਕਿੱਥੇ ਪਹੁੰਚ ਗਿਆ ਅਸੀਂ ਕਿੱਥੇ ਜੇ ਖੜੇ ਹਾਂ ਕਿਉਂਕਿ ਸਾਡੇ ਵਿੱਚ ਇੱਕ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਜਦੋਂ ਅਸੀਂ ਕਿਸੇ ਦੂਸਰੇ ਨੂੰ ਜ਼ਿਆਦਾ ਮਹਾਨਤਾ ਦੇ ਦਿੰਦੇ ਨਾ ਤੇ ਅਸੀਂ ਆਪਣੇ ਆਪ ਨੂੰ ਨੀਵੇਂ ਸਮਝਣ ਲੱਗ ਪੈਂਦੇ ਹਾਂ ਮੈਂ ਥੋੜ੍ਹੀ ਜਿਹੀ ਵਿੱਚੋਂ ਜੇ ਬੇਨਤੀ ਕਰਨ ਲੱਗਾ ਜਿਵੇਂ ਕਈ ਵਾਰੀ ਨਾ ਕਿਸੇ ਦੇ ਘਰ ਜਾਈਦੇ ਸੰਸਕਾਰ ਦੇ ਵੇਲੇ ਤੇ ਪਰਿਵਾਰ ਦਾ ਕਿਸੇ ਦੇ ਘਰ ਵਿੱਚੋਂ ਨੌਜਵਾਨ ਪੁੱਤ ਪੂਰਾ ਹੋ ਜਾਏ ਕਈ ਵਾਰੀ ਮਾਂ ਪਿਓ ਆਪਣੇ ਆਪ ਨੂੰ ਸਾਂਭ ਨਹੀਂ ਸਕਦੇ ਹੁੰਦੇ ਏਦਾਂ ਹੱਥ ਜੋੜ ਕੇ ਬੇਨਤੀ ਕਰੀ ਜੀ ਵੇਖੋ ਜੀ ਗੁਰੂ ਗੋਬਿੰਦ ਸਿੰਘ ਤੁਹਾਡਾ ਇੱਕ ਗਿਆ ਗੁਰੂ ਗੋਬਿੰਦ ਸਿੰਘ ਦੇ ਚਾਰ ਗਏ ਜਾਂ ਕੋਈ ਰੋਗੀ ਹੋਵੇ ਕੋਈ ਮਰੀਜ਼ ਹੋਵੇ ਮੰਜੀ ਦੇ ਪਿਆ ਤੜਫਦਾ ਹੋਵੇ ਇਹ ਕਹਿੰਦਾ ਵੀ ਕਿ ਤੂੰ ਚੰਗਾ ਰੱਬ ਮੈਨੂੰ ਲੈ ਗਏ ਤੇ ਹੌਸਲਾ ਦੇਣ ਵਾਸਤੇ ਕਹੀਦਾ ਕਿ ਤੂੰ ਤੇ ਫਿਰ ਵੀ ਪਰਿਵਾਰ ਵਿੱਚ ਪਿਆ ਹੋਇਆ ਵੇਖ ਗੁਰੂ ਅਰਜਨ ਸਾਹਿਬ ਨੂੰ ਤੱਤੀ ਤਵੀ ਤੇ ਬੈਠਿਆ ਏਦਾਂ ਕਹੀਦਾ ਨਾ ਜਦੋਂ ਤੇ ਉਸ ਵੇਲੇ ਲੋਕਾਂ ਦਾ ਜਵਾਬ ਪਤਾ ਕੀ ਹੁੰਦਾ ਉਹ ਤੇ ਜੀ ਗੁਰੂ ਸੀ ਉਹ ਤਾਂ ਬਹਿ ਕੇ ਆਹ ਗੱਲ ਧਿਆਨ ਨਾਲ ਸੁਣਿਓ ਸਾਰੀ ਸੰਗਤ ਹੌਸਲਾ ਦੇਣ ਵਾਸਤੇ ਕਹੀਦਾ ਵੀ ਗੁਰੂ ਅਰਜਨ ਸਾਹਿਬ ਜੀ ਨੂੰ ਤੱਤੀ ਤਵੀ ਤੇ ਬੈਠਿਆ ਵੇਖੋ ਫਿਰ ਕੀ ਹੋਇਆ ਜੇ ਤੇਰਾ 20 ਦਿਨ ਬੁਖਾਰ ਨਹੀਂ ਉਤਰਿਆ ਉਹ ਤਾਂ ਕੀ ਹੋਇਆ ਜੇ ਤੈਨੂੰ ਕੈਂਸਰ ਹੈ ਵੇਖ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਤੱਤੀ ਤਵੀ ਤੇ ਬੈਠਿਆ ਵੇਖ ਇੱਕ ਵਾਰੀ ਆਪਣਿਆਂ ਵੱਲ ਵੇਖ ਇੱਕ ਵਾਰੀ ਉਹਨਾਂ ਵੱਲ ਵੇਖ
ਫਿਰ ਕੀ ਹੋ ਗਿਆ ਜੇ ਤੇਰੀ ਸ਼ੂਗਰ ਹੈ ਇੱਕ ਵਾਰੀ ਭਾਈ ਦਿਆਲਾ ਜੀ ਨੂੰ ਉੱਬਲਦੀ ਹੋਈ ਦੇਗ ਵਿੱਚ ਵੇਖ ਇੱਕ ਵਾਰ ਫਿਰ ਸੰਗਤ ਦਾ ਜਵਾਬ ਇਹ ਹੁੰਦਾ ਲੈ ਉਹ ਤੇ ਖੁਦ ਨਿਰੰਕਾਰ ਦਾ ਰੂਪ ਸੀ ਇਹਦੇ ਵਿੱਚ ਕੋਈ ਦੁਹਰਾਵਾ ਨਹੀਂ ਨਿਰੰਕਾਰ ਦਾ ਰੂਪ ਹੈ ਸੀ ਪਰ ਮੈਂ ਇੱਕ ਬੇਨਤੀ ਕਰਨ ਲੱਗਾ ਧਿਆਨ ਨਾਲ ਸੁਣਿਓ ਜੇ ਆਹੀ ਫੈਸਲਾ ਭਾਈ ਲਹਿਣਾ ਜੀ ਕਰ ਲੈਂਦੇ ਜਿਹੜਾ ਫੈਸਲਾ ਆਪਾਂ ਕੀਤਾ ਵੀ ਉਹ ਤੇ ਖੁਦ ਗੁਰੂ ਸੀ ਉਹ ਤੱਤੀ ਤਵੀ ਤੇ ਬਹਿ ਗਏ ਉਹ ਤੇ ਮਹਾਨ ਸੀ ਉਹਨਾਂ ਨੇ ਆਪਣਾ ਸੀਸ ਧੜ ਤੋਂ ਜੁਦਾ ਕਰਵਾ ਲਿਆ ਉਹ ਤੇ ਮਹਾਨ ਸੀ ਉਹ ਤੇ ਗੁਰੂ ਤੇਗ ਬਹਾਦਰ ਸਾਹਿਬ ਸੀ ਉਹਨਾਂ ਨੇ ਹੱਸਦਿਆਂ ਹੱਸਦਿਆਂ ਆਪਣੇ ਦੋ ਲਾਲ ਅੱਖਾਂ ਦੇ ਸਾਹਮਣੇ ਸ਼ਹੀਦ ਹੁੰਦਿਆਂ ਹੋਇਆਂ ਵੇਖੇ ਦੋ ਦੀ ਸ਼ਹੀਦੀ ਦੀ ਖਬਰ ਆਪਣੇ ਕੰਨੀ ਸੁਣੀ ਫਿਰ ਵੀ ਚੜ੍ਹਦੀ ਕਲਾ ਵਿੱਚ ਨੇ ਉਹ ਤੇ ਗੁਰੂ ਗੋਬਿੰਦ ਸਿੰਘ ਸੀ ਜੇ ਕਿਤੇ ਆਹੀ ਫੈਸਲਾ ਭਾਈ ਲਹਿਣਾ ਦੀ ਕਰ ਲੈਂਦੇ ਜਿੱਦਣ ਭਾਈ ਲਹਿਣੇ ਨੇ ਪਹਿਲੀ ਵਾਰੀ ਗੁਰੂ ਨਾਨਕ ਸਾਹਿਬ ਨੂੰ ਵੇਖਿਆ ਜੇ ਉਦਣ ਭਾਈ ਲਹਿਣਾ ਇਹ ਫੈਸਲਾ ਕਰ ਲੈਂਦੇ ਲੈਣਿਆ ਆਹ ਗੁਰੂ ਨਾਨਕ ਹੈ ਗੁਰੂ ਨਾਨਕ ਗੁਰੂ ਨਾਨਕ ਕੀ ਹੈ ਦੱਸੋ ਜੀ ਭਾਈ ਲਹਿਣਾ ਗੁਰੂ ਅੰਗਦ ਸਾਹਿਬ ਬਣ ਜਾਂਦੇ ਨਹੀਂ ਸੀ ਬਣਦਾ ਮੇਰੀ ਗੱਲ ਨੂੰ ਸਮਝ ਰਹੇ ਹੋ ਜਿੱਦਣ ਭਾਈ ਲਹਿਣੇ ਨੇ ਪਹਿਲੀ ਵਾਰੀ ਗੁਰੂ ਨਾਨਕ ਨੂੰ ਵੇਖਿਆ ਵੇਖਦਿਆਂ ਸਾਰ ਅੰਦਰ ਫੈਸਲਾ ਕਰ ਲਿਆ ਲੈਣਿਆ ਬਣਨੇ ਤੇ ਗੁਰੂ ਨਾਨਕ ਵਰਗੀ ਬਣਨਾ ਭਾਈ ਲਹਿਣਾ ਜੀ ਸਾਡੇ ਵਿੱਚੋਂ ਉੱਠੇ ਹੋਏ ਸੀ ਆਮ ਲੋਕਾਂ ਵਿੱਚ ਸਾਡੇ ਵਾਂਗੂ ਬੱਚਿਆਂ ਵਾਲੇ ਸੀ ਸਾਡੇ ਵਾਂਗੂ ਘਰਾਂ ਵਿੱਚ ਰਹਿਣ ਵਾਲੇ ਸੀ ਬਾਬਾ ਅਮਰਦਾਸ ਜੀ ਨੂੰ ਵੇਖੋ ਬਜ਼ੁਰਗ ਅਵਸਥਾ ਹੋ ਚੁੱਕੀ ਹੈ ਕਈ ਸਾਲ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਰਹੇ ਹਰ ਸਾਲ ਗੰਗਾ ਦੇ ਲਈ ਯਾਤਰਾ ਲੈ ਕੇ ਜਾਂਦੇ ਨੇ ਗੰਗਾ ਇਸ਼ਨਾਨ ਲਈ ਯਾਤਰਾ ਲੈ ਕੇ ਜਾਂਦੇ ਨੇ ਇਲਾਕੇ ਵਿੱਚੋਂ ਤੇ ਜਿੱਦਣ ਗੁਰੂ ਅੰਗਦ ਸਾਹਿਬ ਜੀ ਨੂੰ ਵੇਖਿਆ ਉਦਣ ਬਾਬੇ ਅਮਰਦਾਸ ਨੇ ਆਪਣੇ ਅੰਦਰ ਫੈਸਲਾ ਕਰ ਲਿਆ ਅਮਰਦਾਸ ਜੇ ਬਣਨਾ ਤੇ ਗੁਰੂ ਅੰਗਦ ਵਰਗਾ ਬਣਨਾ ਤੇ ਜੇ ਜੇ ਬਾਬਾ ਅਮਰਦਾਸ ਜੀ ਇਹ ਫੈਸਲਾ ਕਰ ਲੈਂਦੇ ਨਹੀਂ ਇਹ ਮਹਾਨ ਨੇ ਠੀਕ ਹੈ ਮਹਾਨ ਤਾਂ ਹੈ ਗੁਰੂ ਨਾਨਕ ਦੀ ਠੀਕ ਹੈ ਮਹਾਨ ਤਾਂ ਹੈ ਗੁਰੂ ਅੰਗਦ ਸਾਹਿਬ ਦੀ ਪਰ ਅਸੀਂ ਵੀ ਤੇ ਉਹਨਾਂ ਦੇ ਪੋਤੀ ਹਾਂ ਅਸੀਂ ਵੀ ਤੇ ਆਪਣਾ ਸੁਭਾਅ ਉਹਨਾਂ ਵਰਗਾ ਹੀ ਬਣਾਉਣਾ ਹੈ ਇਹ ਸਾਡੀ ਸੋਚ ਗਲਤ ਹੈ ਸੰਗਤ ਜੀ ਸਾਡੀ ਇਹ ਸੋਚ ਗਲਤ ਹੈ ਜਿਹੜਾ ਅਸੀਂ ਇਹ ਝੱਟ ਫੈਸਲਾ ਸੁਣਾ ਦਿੰਦੇ ਹਾਂ ਤੱਤੀ ਤਵੀ ਤੇ ਬਹਿ ਗਏ ਤੇ ਗੁਰੂ ਅਰਜਨ ਸਾਹਿਬ ਸੀ ਠੀਕ ਹੈ ਉਹ ਬਹਿ ਗਏ ਪਰ ਅਸੀਂ ਵੀ ਤੇ ਸਮੇਂ ਦਾ ਮੁਕਾਬਲਾ ਕਰਨਾ ਸਿੱਖੀਏ ਕਿਵੇਂ ਸਿੱਖਣਾ ਹੈ ਜੇ ਜੇ ਇਹ ਫੈਸਲਾ ਭਾਈ ਲਹਿਣਾ ਜੀ ਕਰ ਲੈਂਦੇ ਉਹ ਕਦੇ ਵੀ ਗੁਰੂ ਅੰਗਦ ਸਾਹਿਬ ਨਹੀਂ ਸੀ ਬਣ ਸਕਦੇ ਬਸ ਜਿੱਦਣ ਗੁਰੂ ਨਾਨਕ ਨੂੰ ਵੇਖਿਆ ਉਦਣ ਹੀ ਭਾਈ ਲਹਿਣੇ ਨੇ ਫੈਸਲਾ ਕਰ ਲਿਆ ਲੈਣਿਆ ਜੇ ਬਣਨਾ ਤੇ ਗੁਰੂ ਨਾਨਕ ਵਰਗੀ ਬਣਨਾ ਜਿੱਦਣ ਬਾਬਾ ਅਮਰਦਾਸ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਵੇਖਿਆ ਉਦਣ ਹੀ ਫੈਸਲਾ ਕਰ ਲਿਆ ਅਮਰਦਾਸ ਜੇ ਬਣਨਾ ਤੇ ਗੁਰੂ ਅੰਗਦ ਵਰਗਾ ਬਣਨਾ ਬਸ ਇੰਨਾ ਵਰਗਾ ਹੋਣਾ ਚਾਹੀਦਾ ਇੰਨਾ ਵਰਗਾ ਅਸੀਂ ਫੈਸਲਾ ਕਰੀਏ ਜੇ ਬਣਨਾ ਤੇ ਗੁਰੂ ਗ੍ਰੰਥ ਸਾਹਿਬ ਵਰਗੇ ਬਣਨਾ ਮਤਲਬ ਜਿਵੇਂ ਆਪਾਂ ਪੜ੍ਹਦੇ ਹਾਂ ਨਾ ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀ ਹੈ ਸਤਿਗੁਰੂ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀ ਹੈ ਗੁਰਬਾਣੀ ਬਣਨ ਦਾ ਮਤਲਬ ਇਹ ਹੈ ਵੀ ਜਿਹੜੀ ਸੋਚ ਗੁਰੂ ਗ੍ਰੰਥ ਸਾਹਿਬ ਦੀ ਹੈ ਉਹ ਸੋਚ ਸਾਡੀ ਬਣੇ ਅਸੀਂ ਉਹਨਾਂ ਦੀ ਸੋਚ ਤੇ ਪਹਿਰਾ ਦੇਈਏ ਹੁਣ ਜਦੋਂ ਭਾਈ ਤੀਰਥੇ ਨੇ ਸੁਣਿਆ ਨਾਨਕ ਸ਼ਬਦ ਇੱਕਦਮ ਭੱਜ ਕੇ ਸਿੱਖ ਕੋਲ ਗਿਆ ਕਹਿੰਦੇ ਗੁਰੂ ਨਾਨਕ ਨੂੰ ਜਾਣਦਾ ਕਹਿੰਦੇ ਜਾਣਦਾ ਮਿਲਾ ਸਕਦਾ ਮੈਨੂੰ ਕਹਿੰਦੇ ਨਹੀਂ ਕਿਉਂ ਉਹ ਸਿੱਖ ਕਹਿੰਦਾ ਵੀ ਗੁਰੂ ਨਾਨਕ ਸਾਹਿਬ ਸਰੀਰ ਕਰਕੇ ਨਹੀਂ ਰਹੇ ਸਰੀਰ ਕਰਕੇ ਨਹੀਂ ਰਹੇ ਫਿਰ ਹੁਣ ਨਹੀਂ ਮਿਲ ਸਕਦਾ ਕਹਿੰਦੇ ਇੱਕ ਕੰਮ ਕਰ ਸਕਦਾ ਉਹਨਾਂ ਦੀ ਜੋਤ ਗੁਰਤਾ ਗੱਦੀ ਦੇ ਪੰਜਵੇਂ ਮਾਲਕ ਗੁਰੂ ਅਰਜਨ ਸਾਹਿਬ ਹਾਂ ਉਹਨਾਂ ਬਾਰੇ ਤੇ ਸੁਣਿਆ ਮੈਂ ਤੀਰਥਾ ਕਹਿੰਦਾ ਮੈਂ ਸੁਣਿਆ ਉਹਨਾਂ ਬਾਰੇ ਕਹਿੰਦੇ ਬਸ ਫਿਰ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਸਵਾਏ ਮਾਨੇ ਉਹਨਾਂ ਦੇ ਜਾ ਕੇ ਦਰਸ਼ਨ ਕਰ ਲੈ ਹੁਣ ਹੋਇਆ ਕਿ ਇੱਕ ਦਿਨ ਫਿਰ ਇਲਾਕੇ ਵਿੱਚੋਂ ਸੰਗ ਲੈ ਕੇ ਗਿਆ ਪੀਰਖਾਨੇ ਤੇ ਰੋਡ ਚੜਾ ਕੇ ਵਾਪਸ ਆ ਰਿਹਾ ਵਾਪਸ ਆਉਂਦਿਆਂ ਆਉਂਦਿਆਂ ਅੰਮ੍ਰਿਤਸਰ ਸ਼ਹਿਰ ਦੇ ਵਿੱਚੋਂ ਲੰਘਣ ਲੱਗਾ ਮਨ ਵਿੱਚ ਆਇਆ ਕਹਿੰਦੇ ਕੀ ਪਤਾ ਦੁਬਾਰਾ ਆਇਆ ਜਾਣਾ ਕਿ ਨਹੀਂ ਆਇਆ ਜਾਣਾ ਵੀ ਚੱਲ ਮਨਾ ਪਹਿਲਾਂ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰ ਆਈਏ ਆਪਣੇ ਸੰਗੀਆਂ ਨੂੰ ਕਹਿੰਦੇ ਵੀ ਤੁਸੀਂ ਚੱਲੋ ਘਰ ਪਿੰਡ ਚੱਲੋ ਤੁਸੀਂ ਮੈਨੂੰ ਸ਼ਹਿਰ ਵਿੱਚ ਕੰਮ ਹੈ ਮੈਂ ਸ਼ਾਮਾਂ ਨੂੰ ਆਪੇ ਪਹੁੰਚ ਜਾਵਾਂਗਾ ਸਾਥੀਆਂ ਨੂੰ ਤੋਰ ਕੇ ਤੇ ਭਾਈ ਮੰਝ ਜਿਹੜਾ ਸੀ ਬਾਅਦ ਵਿੱਚੋਂ ਭਾਈ ਮੰਝ ਪ੍ਰਚਲਿਤ ਹੋਇਆ ਭਾਈ ਤੀਰਥਾ ਗੁਰੂ ਅਰਜਨ ਸਾਹਿਬ ਜੀ ਦੀ ਨਗਰੀ ਵਿੱਚ ਪਹੁੰਚਿਆ ਹੁਣ ਜਦੋਂ ਗਿਆ
ਜੋ ਮਾਂ ਕੋਲੋਂ ਸੁਣਿਆ ਸੀ ਅੱਜ ਉਹ ਅੱਖੀਂ ਵੇਖ ਲੈ, ਜੋ ਲੋਕਾਂ ਕੋਲੋਂ ਸੁਣਿਆ ਸੀ। ਇੱਕ ਸਰੋਵਰ ਵਿੱਚ ਇਕੱਠੇ ਇਸ਼ਨਾਨ ਕਰਦੇ ਨੇ, ਕੋਈ ਜਾਤ ਪਾਤ ਨਹੀਂ। ਇੱਕ ਪੰਗਤ ਵਿੱਚ ਬਹਿ ਕੇ ਪ੍ਰਸ਼ਾਦਾ ਛਕਦੇ ਨੇ, ਗੋਡੇ ਨਾਲ ਗੋਡਾ ਜੋੜ ਕੇ ਬਹਿ ਕੇ ਸਤਸੰਗਤ ਕਰਦੇ ਨੇ, ਕੋਈ ਜਾਤ ਪਾਤ ਨਹੀਂ, ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ। ਜਿੱਦਾਂ ਦਾ ਆਪਣੀ ਮਾਂ ਕੋਲੋਂ ਸੁਣਿਆ ਉਦਾਂ ਦਾ ਵੇਖ ਲਿਆ, ਜਿੱਦਾਂ ਦਾ ਸਮਾਜ ਵਿੱਚੋਂ ਸੁਣਿਆ ਉਦਾਂ ਦਾ ਵੇਖ ਲਿਆ। ਅੱਛਾ ਜੀ, ਜਦੋਂ ਇਹ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਗਿਆ ਤਾਂ ਉੱਥੋਂ ਦੇ ਪ੍ਰਭਾਵ, ਉੱਥੋਂ ਦੀਆਂ ਜੋ ਵਾਈਬ੍ਰੇਸ਼ਨ ਸੀ, ਉੱਥੋਂ ਦਾ ਜੋ ਮਾਹੌਲ ਸੀ, ਉਹਦਾ ਅਸਰ ਇਹਦੇ ਉੱਪਰ ਹੋਇਆ। ਉੱਥੋਂ ਦੀ ਸੰਗਤ ਦੀ ਰਹਿਣ ਸਹਿਣ ਇਹਨੂੰ ਚੰਗੀ ਲੱਗਣ ਲੱਗ ਪਈ। ਹੁਣ ਜਦੋਂ ਇਹ ਦਰਬਾਰ ਵਿੱਚ ਗਿਆ, ਕੀਰਤਨ ਹੋ ਰਿਹਾ, ਗੁਰਬਾਣੀ ਦੀ ਵਿਚਾਰ ਹੋਈ, ਸੁਣੀ ਇਹਨੇ, ਭਾਈ ਤੀਰਥੇ ਨੇ ਸੁਣੀ, ਇਹਦੇ ਮਨ ਨੂੰ ਚੰਗੀ ਲੱਗੀ। ਅੱਛਾ ਜੀ, ਜਿਸ ਵੇਲੇ ਸਮਾਪਤੀ ਹੋਈ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸੰਗਤਾਂ ਨੂੰ ਮਿਲ ਰਹੇ ਨੇ, ਜਿਹੜੀਆਂ ਸੰਗਤਾਂ ਕੋਈ ਮਸੰਦ ਆਏ ਹੋਏ ਨੇ ਇਲਾਕਿਆਂ ਦੇ ਵਿੱਚੋਂ ਕਾਰ ਭੇਟਾ ਲੈ ਕੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸੰਗਤ ਨੂੰ ਮਿਲਦੇ ਨੇ, ਪੁੱਛਦੇ ਨੇ ਵੀ ਕਿਹੜੇ ਇਲਾਕੇ ਵਿੱਚੋਂ ਸੰਗਤ ਆਈ ਹੈ, ਤੁਹਾਡੇ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕਿਵੇਂ ਹੈ, ਪਖੰਡੀ ਕਿੰਨੇ ਕੁ ਬੈਠੇ ਨੇ, ਐਂ ਪੁੱਛਦੇ ਨੇ ਗੁਰੂ ਅਰਜਨ ਦੇਵ ਪਾਤਸ਼ਾਹ। ਮਿਲਦਿਆਂ ਮਿਲਦਿਆਂ ਵਾਰੀ ਆਈ ਭਾਈ ਤੀਰਥੇ ਦੀ, ਸਾਹਮਣੇ ਹੋਇਆ। ਹੁਣ ਪਹਿਲੀ ਵਾਰੀ ਆਇਆ ਸੀ, ਗੁਰੂ ਅਰਜਨ ਸਾਹਿਬ ਨੇ ਪਹਿਲਾਂ ਕਦੇ ਨਹੀਂ ਵੇਖਿਆ। ਲਲਚਾਈਆਂ ਹੋਈਆਂ ਅੱਖਾਂ ਨਾਲ ਗੁਰੂ ਅਰਜਨ ਸਾਹਿਬ ਵੱਲ ਵੱਲ ਤੱਕਦਾ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਵੀ ਮੰਗ ਕੀ ਮੰਗਣਾ ਚਾਹੁੰਦਾ। ਪਹਿਲਾਂ ਤੇ ਬੋਲਿਆ ਨਹੀਂ ਗਿਆ, ਹੌਸਲਾ ਨਹੀਂ ਪੈਂਦਾ ਕੁਝ ਬੋਲਣ ਦਾ। ਫਿਰ ਸਤਿਗੁਰ ਪਾਤਸ਼ਾਹ ਦੁਬਾਰਾ ਫਿਰ ਬੋਲੇ, ਕਹਿੰਦੇ ਮੰਗ ਭਾਈ। ਹੌਸਲਾ ਜਿਹਾ ਪੈ, ਕਹਿੰਦੇ ਜੀ ਗੁਰੂ ਨਾਨਕ ਦੀ ਸਿੱਖੀ ਚਾਹੀਦੀ ਹੈ, ਗੁਰੂ ਨਾਨਕ ਦੀ ਸਿੱਖੀ ਚਾਹੀਦੀ ਹੈ। ਕਹਿੰਦੇ ਐਂ ਨਹੀਂ ਮਿਲਣੀ। ਕਹਿੰਦੇ ਕਿਉਂ, ਐਂ ਕਿਉਂ ਨਹੀਂ ਮਿਲਣੀ? ਹੁਣ ਵੇਖਿਓ, ਭਾਈ ਮੰਗ ਸੀ ਜਿਹੜਾ 72 ਪਿੰਡਾਂ ਦਾ ਚੌਧਰੀ ਸੀ, ਤੇ ਚੌਧਰੀ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਾਣਦੇ ਸੀ ਵੀ ਇਲਾਕੇ ਦੇ ਵਿੱਚ ਆਹ ਚੌਧਰੀ ਹੈ ਤੇ ਇਲਾਕੇ ਦੇ ਵਿੱਚ ਇਹ ਕੂੜ ਪ੍ਰਚਾਰ ਕਰ ਰਹੇ। 72 ਪਿੰਡਾਂ ਦਾ ਚੌਧਰੀ ਹੈ ਤੀਰਥਾਂ, ਇਲਾਕੇ ਦੇ ਵਿੱਚੋਂ ਸੰਗ ਲੈ ਕੇ ਜਾਂਦਾ, ਪੀਰਖਾਨੇ ਤੇ ਰੋਡ ਚੜਾਉਂਦਾ, ਆਪਣੇ ਘਰ ਵਿੱਚ ਚੌਂਕੀ ਭਰਦਾ, ਚੰਗੀ ਤਰ੍ਹਾਂ ਜਾਣਦੇ ਸੀ ਗੁਰੂ ਅਰਜਨ ਸਾਹਿਬ। ਗੁਰੂ ਅਰਜਨ ਸਾਹਿਬ ਕਹਿੰਦੇ ਐਂ ਸਿੱਖੀ ਨਹੀਂ ਮਿਲਣੀ। ਕਹਿੰਦੇ ਕਿਉਂ? ਕਹਿੰਦੇ ਸਿੱਖੀ ਤੇ ਸਿੱਖੀ ਨਹੀਂ ਟਿਕ ਸਕਦੀ। ਜਿਹਨਾਂ ਪਹਿਲਾਂ ਆਪਣੇ ਅੰਦਰ ਕਿਸੇ ਦੀ ਜਗ੍ਹਾ ਬਣਾਈ ਬੈਠਾ ਨਾ, ਪਹਿਲਾਂ ਉਹ ਢਾ ਤਾਂ ਗੁਰੂ ਨਾਨਕ ਦੀ ਜਗ੍ਹਾ ਬਣਨੀ। ਆਪਣੇ ਅੰਦਰ ਬਣੀ ਹੋਈ ਜਗ੍ਹਾ ਢਾ ਤਾਂ ਗੁਰੂ ਨਾਨਕ ਦੀ ਜਗ੍ਹਾ ਮਿਲਣੀ ਹੈ। ਕਹਿੰਦਾ ਜੇ ਮੈਂ ਜਗ੍ਹਾ ਢਾ ਦਿਆਂ, ਵੇਖੋ ਪੂਰਾ ਮਨ ਬਣਾ ਲਿਆ, ਐਂ ਜਿਵੇਂ ਗੁਰੂ ਗ੍ਰੰਥ ਸਾਹਿਬ ਸੁਭਾਅ ਮਾਨੇ, ਏਦਾਂ ਗੁਰੂ ਅਰਜਨ ਦੇਵ ਜੀ ਬੈਠੇ ਸੀ, ਜਿਵੇਂ ਆਪਾਂ ਬੈਠੇ ਹਾਂ, ਐਂ ਜਿਵੇਂ ਆਪਾਂ ਇੱਥੇ ਅੱਗੇ ਖੜਦੇ ਹਾਂ ਨਾ, ਐਂ ਖੜਾ ਸੀ ਭਾਈ ਤੀਰਥ ਅੱਗੇ, ਪੂਰਾ ਮਨ ਬਣਾ ਲਿਆ। ਕਹਿੰਦਾ ਜੇ ਮੈਂ ਆਪਣੇ ਦਿਲ ਵਿੱਚੋਂ ਸਖੀ ਸਰਵਰੀਆਂ ਦੀ ਜਗ੍ਹਾ ਢਾ ਦਿਆਂ, ਆਪਣੇ ਦਿਲ ਵਿੱਚੋਂ ਕੱਢ ਦਿਆਂ ਜਗ੍ਹਾ ਉਹਨਾਂ ਦੀ, ਫਿਰ ਗੁਰੂ ਨਾਨਕ ਦੀ ਸਿੱਖੀ ਮਿਲ ਜੂ। ਗੁਰੂ ਅਰਜਨ ਸਾਹਿਬ ਕਹਿੰਦੇ ਕਮਾਉਣ ਵਾਲਾ ਬਣ ਮਿਲ ਜ਼ਰੂਰ ਜਾਊ। ਘਰ ਚਲਿਆ ਗਿਆ ਭਾਈ ਮੰਜ, ਆ ਹੁਣ ਧਿਆਨ ਨਾਲ ਸੁਣਿਆ ਪਿਆਰਿਓ, ਭਾਈ ਮੰਜ ਘਰ ਚਲਿਆ ਗਿਆ। ਜਦੋਂ ਘਰ ਆਇਆ ਤੇ ਘਰ ਵਾਲੀ ਪੁੱਛਦੀ ਹੈ, ਕਿਉਂਕਿ ਹੁਣ ਸਾਥੀਆਂ ਨੇ ਨਾਲ ਦੇ ਦੱਸ ਦਿੱਤਾ ਸੀ, ਉਹ ਪਹਿਲਾਂ ਆ ਗਏ ਸਾਰੇ, ਉਹਨਾਂ ਨੇ ਆ ਕੇ ਦੱਸਿਆ ਵੀ ਭਾਈ ਮੰਜ ਜਿਹੜਾ ਤੀਰਥਾ ਜਿਹੜਾ ਉਹ ਸ਼ਹਿਰ ਦੇ ਵਿੱਚ ਕੰਮ ਗਿਆ। ਘਰ ਵਾਲੀ ਕਹਿੰਦੀ ਜੀ ਬਾਜ਼ਾਰੋਂ ਆਏ ਹੋ, ਕੀ ਲੈ ਕੇ ਆਏ ਹੋ? ਉਹਨੇ ਸਾਰੀ ਗੱਲ ਦੱਸੀ, ਕਹਿੰਦਾ ਮੈਂ ਕੋਈ ਬਾਜ਼ਾਰ ਨਹੀਂ ਸੀ ਗਿਆ, ਮੈਂ ਗੁਰੂ ਅਰਜਨ ਸਾਹਿਬ ਦੇ ਦਰਸ਼ਨਾਂ ਲਈ ਗਿਆ ਸੀ। ਮਨ ਵਿੱਚ ਇੱਛਾ ਜਾਗੀ ਸੀ ਵੀ ਗੁਰੂ ਨਾਨਕ ਦੇ ਦਰਸ਼ਨ ਕਰ ਆਵਾਂ, ਪਰ ਗੁਰੂ ਨਾਨਕ ਦੀ ਪੰਜਵੀਂ ਜੋਤ ਦੇ ਦਰਸ਼ਨ ਹੋਏ ਨੇ, ਨਾ ਮੈਂ ਗੁਰੂ ਅਰਜਨ ਸਾਹਿਬ। ਕਹਿੰਦੇ ਉਹਨਾਂ ਨੂੰ ਵੇਖ ਕੇ ਮੈਂ ਖਿੱਚਿਆ ਗਿਆ ਤੇ ਕਹਿੰਦੇ ਹੁਣ ਤੁਹਾਡਾ ਕੀ ਫੈਸਲਾ ਹੈ? ਘਰ ਵਾਲੀ ਕਹਿੰਦੀ ਕੀ ਫੈਸਲਾ ਤੁਹਾਡਾ? ਤੇ ਭਾਈ ਤੀਰਥਾ ਕਹਿੰਦਾ ਫੈਸਲਾ ਤਾਂ ਇੱਕੋ ਹੀ ਹੈ, ਹੁਣ ਜੇ ਬਣਨਾ ਤੇ ਗੁਰੂ ਅਰਜਨ ਵਰਗੀ ਬਣਨਾ। ਫਿਰ ਕਹਿੰਦੇ ਆਹ ਜਿੰਨੀ ਬੱਲੇ ਬੱਲੇ ਹੈ ਇਹ ਕਿੱਧਰ ਜਾਊਗੀ? ਆਹ ਵੇਖੋ ਜੀ ਆਪਣੀ ਹਵੇਲੀ, ਚੌਧਰੀ ਸੀ ਹਵੇਲੀ ਬਣੀ ਹੋਈ, ਇਹ ਕਿੱਧਰ ਜਾਊਗੀ? 72 ਪਿੰਡਾਂ ਵਿੱਚ ਤੁਹਾਡੀ ਜੈ ਜੈਕਾਰ ਹੁੰਦੀ ਹੈ, ਇਹ ਕਿੱਧਰ ਜਾਊ? ਆਹ ਵੇਖਿਓ ਮਾੜਾ ਜਿਹਾ ਕਿੰਨੀਆਂ ਲਵੇਰੀਆਂ ਬੰਨੀਆਂ ਨੇ, ਕਿੰਨੇ ਕਿੰਨੇ ਘੋੜੇ ਘੋੜੀਆਂ ਬੰਨੇ ਹੋਏ ਨੇ, ਇਹ ਆਹ ਜਿਹੜੀ ਬੱਲੇ ਬੱਲੇ ਇਹ ਕਿੱਧਰ ਜਾਊ? ਕਹਿੰਦੇ ਜਾਂਦੀ ਹੈ ਖੂਹ ਖਾਤੇ ਜਾਣਦੇ, ਆਹ ਬੱਲੇ ਬੱਲੇ ਜਾਂਦੀ ਜਾਣਦੇ, ਪਰ ਬੱਜੇ ਬੰਨਣਾ ਗੁਰੂ ਅਰਜਨ ਵਰਗੇ ਬੰਨਣਾ। ਹੁਣ ਘਰ ਵਾਲੀ ਵੀ ਨਾਲ ਖੜ ਕੇ ਕਹਿੰਦੇ ਚਲੋ ਜੇ ਤੁਸੀਂ ਤਿਆਰ ਹੋ ਤੇ ਮੈਂ ਵੀ ਤਿਆਰ ਹਾਂ, ਦੋਵੇਂ ਜੀ ਲੱਗੇ ਘਰ ਵਿੱਚ। ਕਹਿੰਦੇ ਹੁਣ ਦਿਲੋਂ ਜਗ੍ਹਾ ਢਾ ਦਿੱਤੀ, ਦਿਲੋਂ ਕੱਢ ਦਿੱਤਾ ਸਖੀ ਸਰਵਰੀਆਂ ਨੂੰ। ਘਰ ਵਾਲੀ ਕਹਿੰਦੀ ਜੇ ਦਿਲੋਂ ਕੱਢਤਾ ਫਿਰ ਘਰ ਰੱਖ ਕੇ ਕੀ ਕਰਨਾ, ਇਹਨੂੰ ਵੀ ਕੱਢੀਏ, ਆ
ਆ ਜਿਹੜੀ ਜਗ੍ਹਾ ਬਣਾਈ ਹੋਈ ਹੈ ਹੁਣ ਦਿਲੋਂ ਤੇ ਕੱਢ ਦਿੱਤਾ ਘਰ ਬਣੀ ਜਗ੍ਹਾ ਦਾ ਕੀ ਕਰਨਾ ਚੱਕੋ ਹੀ ਵੀਟਾਂ ਮਗਾ ਕੇ ਮਾਰੋ ਬਣਾ ਢੌਣ ਲੱਗ ਪਏ ਘਰ ਵਾਲੇ ਆ ਗਏ ਕਹਿੰਦੇ ਉਹ ਮਗਰ ਪੈ ਕੇ ਕਹਿੰਦੇ ਤੁਸੀਂ ਇਹ ਕੀ ਕਰਦੇ ਹੋ ਗਵਾਂਢੀਆਂ ਨੂੰ ਪਤਾ ਲੱਗ ਗਿਆ ਇਹ ਕੀ ਕਰਦੇ ਹੋ ਤੌਲਾ ਪੈ ਗਿਆ ਹੁਣ ਇੱਥੇ ਨੋਟ ਕਰਿਓ ਬੱਚੀ ਆਈ ਭੱਜੀ ਭੱਜੀ ਭਾਈ ਤੀਰਥੇ ਜੀ ਇੱਕ ਧੀ ਸੀ ਉਹ ਆਈ ਭੱਜੀ ਭੱਜੀ ਉਹ ਕਹਿੰਦੀ ਬਾਪੂ ਜੀ ਮੈਂ ਸੁਣਿਆ ਤੁਸੀਂ ਬਾਜ਼ਾਰ ਗਏ ਸੀ ਕਹਿੰਦੇ ਗਿਆ ਸੀ ਅੰਮ੍ਰਿਤਸਰ ਸਾਹਿਬ ਗਏ ਸੀ ਕਹਿੰਦੇ ਗਿਆ ਫਿਰ ਕੀ ਲੈ ਕੇ ਆਏ ਜਿਵੇਂ ਨਾ ਬੱਚਿਆਂ ਨੂੰ ਚਾਹ ਨਹੀਂ ਹੁੰਦਾ ਵੀ ਪਿਓ ਜਾਵੇ ਬਾਜ਼ਾਰ ਪੁੱਛਦੇ ਨੇ ਬਾਪੂ ਕੀ ਲੈ ਕੇ ਆਏ ਜਾਂ ਜਾਣ ਲੱਗਣ ਨਾਲ ਚਿੰਬੜ ਜਾਂਦੇ ਨੇ ਛੋਟੇ ਛੋਟੇ ਬੱਚੇ ਧੀ ਆਈ ਕਹਿੰਦੀ ਬਾਪੂ ਜੀ ਅੰਮ੍ਰਿਤਸਰ ਸਾਹਿਬ ਗਏ ਸੀ ਕੀ ਲੈ ਕੇ ਆਏ ਹੋ ਧੀ ਨੂੰ ਕੁੱਛੜ ਚੁੱਕ ਕੇ ਪਿਆਰ ਕਰਦਾ ਕਹਿੰਦਾ ਧੀਏ ਗੁਰੂ ਨਾਨਕ ਦੀ ਸਿੱਖੀ ਲੈ ਕੇ ਚਾਹੀਦੀ ਹੈ ਗੁਰੂ ਨਾਨਕ ਦੀ ਸਿੱਖੀ ਲੈ ਕੇ ਹੁਣ ਨੋਟ ਕਰਿਓ ਸੰਗਤੇ ਨੋਟ ਕਰਿਓ ਭਾਈ ਮੰਝ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਗਿਆ ਤੇ ਕੀ ਲੈ ਕੇ ਆਇਆ ਗੁਰੂ ਨਾਨਕ ਦੀ ਸਿੱਖੀ ਅਸੀਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਾਂਦੇ ਹਾਂ ਅਸੀਂ ਕੀ ਲੈ ਕੇ ਆਉਂਦੇ ਕੀ ਲੈ ਕੇ ਆਉਂਦੇ ਹਾਂ ਕੁਛ ਨਹੀਂ ਕੱਖ ਨਹੀਂ ਲੈ ਕੇ ਆਉਂਦੇ ਅਸੀਂ ਤੇ ਬਸ ਸਰੋਵਰਾਂ ਦੇ ਕੰਢਿਆਂ ਤੇ ਸੈਲਫੀਆਂ ਕਰਾ ਕੇ ਆ ਜਾਂਦੇ ਹਾਂ ਸੱਚਾਈ ਹੈ ਸਰੋਵਰਾਂ ਦੇ ਕੰਢਿਆਂ ਤੇ ਸੈਲਫੀਆਂ ਕਰਾ ਕੇ ਮੁੜ ਆਉਂਦੇ ਹਾਂ ਅਸੀਂ ਤੇ ਬਸ ਉਹਦੇ ਇੱਕ ਰੌਣਕ ਮੇਲਾ ਆ ਮੈਂ ਜਿਹੜੀ ਬੇਨਤੀ ਕੀਤੀ ਸੀ ਰਮਤਾ ਵਿੱਚ ਅਸੀਂ ਰੌਣਕ ਮੇਲਾ ਵੇਖਣ ਜਾਂਦੇ ਹਾਂ ਅੱਗੇ ਸਭਾ ਤੇ ਜਾਣਾ ਥੋੜ੍ਹਾ ਧਿਆਨ ਨਾਲ ਜਾਇਓ ਕਿੱਦਾਂ ਜਾਈਦਾ ਕਿਤੇ ਤਾਸ਼ਾਂ ਖੇਡਦੇ ਜਾਈਏ ਲੰਗਰਾਂ ਦੇ ਵਿੱਚ ਟੇਸਟੀ ਕਰਦੇ ਰਹਿ ਜਾਈਏ ਕਿਤੇ ਕਿਤੇ ਰੌਣਕ ਮੇਲਾ ਵੇਖਦੇ ਰਹਿ ਜਾਈਏ ਕਰਨਾ ਕੀ ਚਾਹੀਦਾ ਜਾਈਏ ਇਸ਼ਨਾਨ ਕਰੀਏ ਦਰਬਾਰ ਵਿੱਚ ਬੈਠੀਏ ਨਿਤਨੇਮ ਸੁਣੀਏ ਕੀਰਤਨ ਸੁਣੀਏ ਕਥਾ ਸੁਣੀਏ ਸੇਵਾ ਕਰੀਏ ਲੰਗਰ ਵਿੱਚ ਫਰਜ਼ ਤੇ ਸਾਡਾ ਹੁਣ ਸਿੱਖਣਾ ਕੀ ਸੀ ਅਸੀਂ ਵੀ ਭਾਈ ਮੰਝ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਗਿਆ ਤੇ ਗੁਰੂ ਨਾਨਕ ਦੀ ਸਿੱਖੀ ਲੈ ਕੇ ਆਇਆ ਤੇ ਧੀ ਪੁੱਛਦੀ ਹੈ ਬਾਪੂ ਜੀ ਕੀ ਲੈ ਕੇ ਆਏ ਹੋ ਪਿਓ ਕਹਿੰਦੇ ਧੀਏ ਗੁਰੂ ਨਾਨਕ ਦੀ ਸਿੱਖੀ ਅੱਛਾ ਜੀ ਪਿਆਰਿਓ ਜਿੱਦੇ ਅਸੀਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਾਂਦੇ ਹਾਂ ਸਾਡੇ ਬੱਚੇ ਸਾਨੂੰ ਪੁੱਛਦੇ ਨੇ ਬਾਪੂ ਕੀ ਲੈ ਕੇ ਆਏ ਅਸੀਂ ਕੀ ਵਿਖਾਉਂਦੇ ਹਾਂ ਬੱਚਿਆਂ ਨੂੰ ਅਸੀਂ ਕੀ ਵਿਖਾਉਂਦੇ ਹਾਂ ਪ੍ਰਸ਼ਾਦ ਦੀਆਂ ਪੁੜੀਆਂ ਵੀ ਆਹ ਲੈ ਕੇ ਆਇਆ ਤੇਰੇ ਲਈ ਹਜ਼ੂਰ ਸਾਹਿਬ ਤੋਂ ਮੇਰੀਆਂ ਗੱਲਾਂ ਤੁਹਾਨੂੰ ਥੋੜੀਆਂ ਉਲਟ ਜਿਹੀਆਂ ਲੱਗਣਗੀਆਂ ਪਰ ਹੈ ਸਹੀ ਬਾਪੂ ਧੀ ਪੁੱਛਦੀ ਹੈ ਪੁੱਤ ਪੁੱਛਦਾ ਬਾਪੂ ਅੰਮ੍ਰਿਤਸਰ ਸਾਹਿਬ ਗਿਆ ਸੀ ਕੀ ਲੈ ਕੇ ਆਇਆ ਜੇ ਤੇ ਪੁੱਤ ਹੈ ਫਿਰ ਕੋਈ ਬੱਚਿਆਂ ਵਾਲਾ ਖਿਡਾਉਣਾ ਕੋਈ ਪੁੱਤਰ ਵਾਲਾ ਖਿਡਾਉਣਾ ਵਿਖਾਉਂਦਾ ਜੇ ਧੀ ਹੈ ਤੇ ਗੁੱਡੀਆਂ ਕੱਢ ਕੇ ਵਿਖਾਉਂਦਾ ਝੋਲੇ ਵਿੱਚੋਂ ਵੀ ਆਹ ਲੈ ਕੇ ਆਇਆ ਤੇਰੇ ਲਈ ਐਡਾ ਵੱਡਾ ਦਰ ਉੱਥੋਂ ਗੁੱਡੀਆਂ ਹੀ ਮਿਲਦੀਆਂ ਨੇ ਖਰੀਦਣ ਨੂੰ ਉੱਥੋਂ ਖਿਡਾਉਣੇ ਮਿਲਦੇ ਨੇ ਖਰੀਦਣ ਨੂੰ ਬਸ ਸਾਡੀ ਸੋਚ ਵੇਖੋ ਪਿਆਰੇ ਕਿੱਥੇ ਦੇਖ ਰਹੀ ਹੈ ਮੈਂ ਇੱਕ ਬੇਨਤੀ ਕਰਾਂ ਅਸੀਂ ਜਿਹੜੇ ਲੋਕ ਆ ਨਾ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਕਹਿੰਦੇ ਹਾਂ ਪਰ ਗੁਰੂ ਮੰਨਦੇ ਨਹੀਂ ਅਸੀਂ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਮੈਂ ਆਪਣੀ ਗੱਲ ਕਰਾਂ ਸਾਡਾ ਜਿਹੜਾ ਲਾਣਾ ਪ੍ਰਚਾਰਕ ਲਾਣਾ ਰਾਗੀ ਲਾਣਾ ਗ੍ਰੰਥੀ ਲਾਣਾ ਮੇਰੇ ਵਰਗਾ ਪਤਾ ਕੀ ਕਹਿੰਦਾ ਦੇਖੋ ਮੇਰੇ ਵਰਗਾ ਇਹ ਕਹਿੰਦਾ ਜਿਵੇਂ ਹੁਣ ਮੈਂ ਆਪਣੀ ਗੱਲ ਸੁਣਾਉਣ ਲੱਗਾ ਜਿਵੇਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਲੰਘਿਆ ਮੇਰੇ ਵਰਗਾ ਪਤਾ ਕੀ ਕਹਿੰਦਾ ਵੀ ਐਂ ਕਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਚਾਰ ਪੰਜ ਸ਼ਬਦ ਕੰਠ ਕਰ ਲੈ ਕਾਹਦੇ ਲਈ ਅੱਗੇ ਸਮਾਗਮ ਆ ਰਹੇ ਨੇ ਕਥਾ ਉਹਨਾਂ ਦੇ ਸ਼ਬਦਾਂ ਦੀ ਕਰਨੀ ਸਾਡੀ ਸੋਚ ਇੱਥੇ ਜੇ ਖੜੀ ਹੋਈ ਹੈ ਸਾਡੀ ਸੋਚ ਆ ਸਾਡੇ ਵਰਗੇ ਰਾਗੀ ਸਿੰਘ ਵਾਜੇ ਚੁੱਕੀ ਫਿਰਦੇ ਨੇ ਸਾਡੇ ਵਰਗੇ ਇਹ ਪੈਸਾ ਕਮਾਉਣ ਵਾਸਤੇ ਗੁਰੂ ਨਾਨਕ ਨੇ ਜਿੱਦਣ ਰਬਾਬ ਚੁੱਕੀ ਸੀ ਪੈਸਾ ਕਮਾਉਣ ਲਈ ਨਹੀਂ ਸੀ ਚੁੱਕੀ ਇਸ ਕਰਕੇ ਹੁਣ ਸਾਡੀ ਸੋਚ ਇੱਥੇ ਖੜੀ ਹੋਈ ਹੈ ਜੇ ਗੁਰਦੁਆਰਿਆਂ ਦੇ ਸਿਸ਼ਟ ਵੇਖੋ ਜੀ ਇੱਕ ਤੇ ਗੱਲ ਇਹ ਹੈ ਵੇਖੋ ਇੱਕ ਤੇ ਗੱਲ ਇਹ ਹੈ ਵੀ ਗ੍ਰੰਥੀ ਸਿੰਘ ਦਾ ਪਰਿਵਾਰ ਭਲੇ ਇੱਕ ਤੇ ਇਹ ਹੈ ਬੱਚੇ ਉਹਦੇ ਵਧੀਆ ਸਕੂਲਾਂ ਵਿੱਚ ਪੜ੍ਹਨ ਜੇ ਉਹ ਸਾਰੇ ਪਿੰਡ ਦੇ ਬੱਚਿਆਂ ਦੀ ਜ਼ਿੰਮੇਵਾਰੀ ਚੁੱਕਦਾ ਹੈ ਸੰਥਿਆ ਕਰਾਉਂਦਾ ਹੈ ਗੁਰਬਾਣੀ ਦੀ ਸੰਥਿਆ ਦੇ ਰਿਹਾ ਹੈ ਨਿਤਨੇਮ ਦੀ ਸੰਥਿਆ ਦੇ ਰਿਹਾ ਹੈ ਸਵੇਰੇ ਸ਼ਾਮ ਕਥਾ ਹੁੰਦੀ ਹੈ ਇੱਕ ਬੰਦੇ ਨੇ ਤੁਹਾਡੇ ਸਾਰਿਆਂ ਦੇ ਬੱਚਿਆਂ ਦੀ ਜ਼ਿੰਮੇਵਾਰੀ ਚੁੱਕੀ ਅਤੇ ਸਾਡਾ ਫਰਜ਼ ਨਹੀਂ ਬਣਦਾ ਵੀ ਸਾਰੇ ਜਣੇ ਨਾਲ ਕੇ ਇੱਕ ਬੰਦੇ ਦੇ ਬੱਚਿਆਂ ਦੀ ਜ਼ਿੰਮੇਵਾਰੀ ਚੁੱਕ ਲਓ ਵੀ ਬਾਬਾ ਤੂੰ ਬਿਜ਼ਨਸ ਨਾ ਬਣਾਈ ਗੁਰਦੁਆਰੇ ਵਿੱਚ ਪੇੜੇ ਕਰ ਕਰਕੇ ਨਾ ਆਈ ਪਾਠਾਂ ਨੂੰ ਧੰਦਾ ਨਾ ਬਣਾਈ ਗੁਰੂ ਗ੍ਰੰਥ ਸਾਹਿਬ ਨੂੰ ਪੈਸਾ ਕਮਾਉਣ ਦਾ ਸਾਧਨ ਨਾ ਬਣਾਈ ਤੂੰ ਬਿਜ਼ਨਸ ਨਾ ਬਣਾਈ ਗੁਰਦੁਆਰੇ ਨੂੰ ਧਰਮ ਨੂੰ ਧੰਦਾ ਨਾ ਬਣਾਈ ਤੂੰ ਸਾਰਿਆਂ ਦੇ ਬੱਚਿਆਂ ਦੀ ਜ਼ਿੰਮੇਵਾਰੀ ਚੁੱਕੀ ਹੈ ਅਸੀਂ ਸਾਰੇ ਰਲ ਕੇ ਤੇਰੇ ਬੱਚਿਆਂ ਦੀ ਜ਼ਿੰਮੇਵਾਰੀ ਚੁੱਕਦੇ ਹਾਂ ਤੂੰ ਆਪਣੇ ਬੱਚਿਆਂ ਦੀ ਭਵਿੱਖ ਦੀ ਨਾ ਸੋਚ ਤੇਰੇ ਬੱਚਿਆਂ ਦਾ ਭਵਿੱਖ ਸਾਡੇ ਹੱਥਾਂ ਵਿੱਚ ਹੈ
ਇੱਕ ਤੇ ਇਹ ਗੱਲ ਹੋ ਗਈ, ਇੱਕ ਹੁੰਦਾ ਜੀ ਲਾਲਚੀ ਬਿਰਤੀ ਹੋ ਕੇ, ਲਾਲਚੀ ਬਿਰਤੀ ਹੋ ਕੇ ਬਸ ਪੈਸਾ ਕਮਾਉਣ ਦੀ ਸੋਚਣੀ, ਇੱਕ ਕਮਾਈ ਦਾ ਸਾਧਨ ਬਣਾ ਲੈਣਾ ਇਹਨੂੰ। ਇਸ ਕਰਕੇ ਪਿਆਰਿਓ ਹੁਣ ਥੋੜਾ ਸਮਝਣ ਦੀ ਲੋੜ ਹੈ ਵੀ ਸਾਡੇ ਵਿੱਚ ਦੋ ਤਰ੍ਹਾਂ ਦੇ ਲੋਕ ਨੇ, ਇੱਕ ਉਹ ਲੋਕ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਕਹਿੰਦੇ ਨੇ, ਇੱਕ ਉਹ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਨੇ। ਗੁਰੂ ਕਹਿਣਾ ਤੇ ਗੁਰੂ ਮੰਨਣਾ ਦੋਵਾਂ ਵਿੱਚ ਫਰਕ ਹੈ। ਹੁਣ ਆਪਾਂ ਪੜ੍ਹਦੇ ਹਾਂ ਨਾ ਸਾਰੀ ਸੰਗਤ ਨਾਲ ਬੋਲਿਓ, ਆਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮੰਨਿਓ ਗ੍ਰੰਥ। ਗੁਰੂ ਕਹਿਣਾ ਤੇ ਗੁਰੂ ਮੰਨਣਾ ਦੋਵਾਂ ਵਿੱਚ ਫਰਕ ਹੈ। ਜਿਵੇਂ ਵੇਖੋ ਪਾਠ ਪੜ੍ਹਨਾ ਤੇ ਪਾਠ ਕਰਨਾ, ਪਾਠ ਪੜ੍ਹਨਾ ਤੇ ਪਾਠ ਕਰਨਾ ਦੋਵਾਂ ਵਿੱਚ ਫਰਕ ਹੈ। ਇੱਕ ਤੇ ਹੁੰਦਾ ਇੱਦਾਂ ਪਾਠ ਪੜ੍ਹਨਾ ਕੇਵਲ ਤੇ ਕੇਵਲ, ਜਿਵੇਂ ਕਿ ਸੋਚੈ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪਣਾ ਹੋਵੇ ਜੇ ਲਾਏ ਰਹਾ ਲਿਵ ਲਿਵ। ਇਹ ਕੀ ਹੋ ਗਿਆ, ਇਹ ਪਾਠ ਪੜ੍ਹਿਆ ਪਰ ਜੋ ਪੜ੍ਹਿਆ ਉਹਨੂੰ ਆਪਣੀ ਜ਼ਿੰਦਗੀ ਵਿੱਚ ਕਰ ਲੈਣਾ, ਇਹ ਕੀ ਹੈ ਪਾਠ ਕਰ ਲਿਆ। ਪੜ੍ਹੇ ਨੂੰ ਆਪਣੀ ਜ਼ਿੰਦਗੀ ਵਿੱਚ ਕਮਾ ਲੈਣਾ, ਇਹ ਕੀ ਹੈ ਜੀ ਪਾਠ ਕਰ ਲਿਆ। ਇਸੇ ਤਰ੍ਹਾਂ ਇੱਕ ਤੇ ਹੁੰਦਾ ਕੇਵਲ ਤੇ ਕੇਵਲ ਆਪਣੀ ਜ਼ਬਾਨ ਤੋਂ ਕਹਿਣਾ ਕਿ ਗੁਰੂ ਗ੍ਰੰਥ ਸਾਹਿਬ ਮੇਰੇ ਗੁਰੂ ਨੇ, ਇੱਦਾਂ ਕਹਿ ਦੇਣਾ ਪਰ ਉਹਨੂੰ ਆਪਣੀ ਜ਼ਿੰਦਗੀ ਵਿੱਚ ਮੰਨ ਕੇ ਵਿਖਾਉਣਾ, ਜੋ ਗੁਰਬਾਣੀ ਕਹਿੰਦੀ ਹੈ ਉਹਦੇ ਮੁਤਾਬਕ ਆਪਣਾ ਸੁਭਾਅ ਬਣਾਉਣਾ, ਉਹਨਾਂ ਦੇ ਅਨੁਸਾਰ ਚੱਲਣਾ ਜੀਵਨ ਨੂੰ। ਜਿਵੇਂ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਨੇ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮੰਨੋ, ਹਰ ਹਰ ਕਥਾ ਨਿਰਾਲੀ। ਗੁਰੂ ਦਿਆ ਸਿੱਖਾ, ਗੁਰੂ ਦਿਆ ਮਿੱਤਰਾ, ਗੁਰੂ ਦੇ ਕਹਿਣੇ ਵਿੱਚ ਚੱਲ। ਤੇ ਜਦੋਂ ਅਸੀਂ ਗੁਰੂ ਦੇ ਕਹਿਣੇ ਵਿੱਚ ਚੱਲਣਾ ਸ਼ੁਰੂ ਕਰਾਂਗੇ ਫਿਰ ਕੀ ਹੈ ਜੀ, ਫਿਰ ਹੋਏਗਾ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਿਆ। ਹੁਣ ਵੇਖਣਾ ਇਹ ਪੈਣਾ ਵੀ ਸਾਡੀ ਸਿੱਖਾਂ ਦੀ ਸੋਚ ਕਿੱਥੇ ਜੇ ਖੜੀ ਹੈ। ਭਾਈ ਮੰਝ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਗਿਆ, ਗੁਰੂ ਨਾਨਕ ਦੀ ਸਿੱਖੀ ਲੈ ਕੇ ਆਇਆ। ਅਸੀਂ ਜਿੱਦਣ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਾਂਦੇ ਹਾਂ, ਅਸੀਂ ਕੀ ਲੈ ਕੇ ਆਉਂਦੇ ਜਾਂ ਦੂਜੇ ਪਾਸੇ। ਜਿਵੇਂ ਗੁਰੂ ਗ੍ਰੰਥ ਸਾਹਿਬ ਸੁਭਾਏਮਾਨ ਨੇ, ਏਦਾਂ ਹੀ ਗੁਰੂ ਅਰਜਨ ਸਾਹਿਬ ਸੁਭਾਏਮਾਨ ਸੀ। ਜਿਵੇਂ ਆਪਾਂ ਖੜਦੇ ਹਾਂ ਏਦਾਂ ਹੀ ਭਾਈ ਮੰਝ ਖੜਾ ਸੀ। ਅਸੀਂ ਖੜਦੇ ਹਾਂ, ਅਸੀਂ ਦੁਨਿਆਵੀ ਚੀਜ਼ਾਂ ਮੰਗਦੇ ਹਾਂ, ਭਾਈ ਮੰਝ ਖੜਾ ਹੋਇਆ ਉਹਨੇ ਗੁਰੂ ਨਾਨਕ ਦੀ ਸਿੱਖੀ ਮੰਗੀ। ਇਸ ਕਰਕੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਖੜਨਾ, ਅਸੀਂ ਕੀ ਮੰਗਣਾ, ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ। ਕਿਉਂ? ਕਿਉਂਕਿ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਦੂਜੀ ਬੇਨਤੀ ਸੁਣੋ ਧਿਆਨ ਨਾਲ, ਜਿਹੜੇ ਬੰਦੇ ਨੂੰ ਗੁਰੂ ਨਾਨਕ ਵਰਗਾ ਸੁਭਾਅ ਮਿਲ ਜਾਏ, ਜਿਹੜੇ ਬੰਦੇ ਨੂੰ ਗੁਰੂ ਅੰਗਦ ਸਾਹਿਬ ਵਰਗਾ ਸੁਭਾਅ ਮਿਲ ਜਾਏ, ਦੱਸੋ ਉਹਨੂੰ ਕੁਝ ਹੋਰ ਚਾਹੀਦਾ? ਮੇਰਾ ਮੰਨਣਾ ਇਹ ਹੈ, ਜੇ ਕਿਤੇ ਅਸੀਂ ਗੁਰੂ ਅੰਗਦ ਸਾਹਿਬ ਜੀ ਨੂੰ ਪੁੱਛੀਏ ਨਾ, ਗੁਰੂ ਅੰਗਦ ਸਾਹਿਬ ਜੀ ਨੂੰ ਪੁੱਛੀਏ, ਗੁਰੂ ਜੀ ਭਾਈ ਲੈਣੇ ਤੋਂ ਬਾਅਦ ਤੁਸੀਂ ਗੁਰੂ ਅੰਗਦ ਸਾਹਿਬ ਬਣ ਗਏ, ਹੋਰ ਦੱਸੋ ਕੁਝ ਚਾਹੀਦਾ ਤੁਹਾਨੂੰ? ਕੁਝ ਹੋਰ ਚਾਹੀਦਾ? ਲੈਣੇ ਤੋਂ ਤੁਹਾਨੂੰ ਗੁਰੂ ਨਾਨਕ ਵਰਗਾ ਸੁਭਾਅ ਮਿਲ ਗਿਆ, ਲੈਣੇ ਤੋਂ ਗੁਰੂ ਅੰਗਦ ਸਾਹਿਬ ਬਣ ਗਏ, ਇਸ ਤੋਂ ਅੱਗੇ ਕੁਝ ਹੋਰ ਚਾਹੀਦਾ? ਗੁਰੂ ਅੰਗਦ ਸਾਹਿਬ ਨੇ ਕਹਿਣਾ, ਜਿੱਦਣ ਗੁਰੂ ਨਾਨਕ ਵਰਗਾ ਬਣ ਗਿਆ ਬਸ ਇਸ ਤੋਂ ਬਾਅਦ ਕੁਝ ਨਹੀਂ ਚਾਹੀਦਾ। ਪਿਆਰਿਓ, ਜਿਹਨੂੰ ਗੁਰੂ ਗੋਬਿੰਦ ਸਿੰਘ ਵਰਗਾ ਸੁਭਾਅ ਮਿਲ ਗਿਆ ਉਹਨੂੰ ਕੁਝ ਹੋਰ ਚਾਹੀਦਾ? ਜਿਹਨੂੰ ਗੁਰੂ ਗ੍ਰੰਥ ਸਾਹਿਬ ਵਰਗੀ ਸੋਚ ਮਿਲ ਜਾਏ, ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਆਂ ਜਿਹਦਾ ਸੁਭਾਅ ਬਣ ਜਾਏ, ਸ਼ਬਦ ਗੁਰ ਪੀਦਾ ਗਹਿਰ ਗੰਭੀਰਾ ਬਿਨ ਸ਼ਬਦ ਹੈ ਜਗ ਬੋਰਾ ਨੰਗ, ਜਿਹਨੂੰ ਗੁਰੂ ਨਾਨਕ ਦੀ ਸੋਚ ਮਿਲ ਜਾਏ ਉਹਨੂੰ ਹੋਰ ਨਹੀਂ ਕੱਖ ਵੀ ਚਾਹੀਦਾ ਹੁੰਦਾ। ਇਸ ਕਰਕੇ ਲੋੜ ਕਾਹਦੀ ਹੈ? ਗੁਰੂ ਨਾਨਕ ਦੀ ਸੋਚ ਧਾਰਨ ਕਰੀਏ। ਅੱਜ ਪ੍ਰਚਾਰ ਵਿੱਚ ਕੋਈ ਕਮੀ ਨਹੀਂ, ਪ੍ਰਚਾਰ ਵਿੱਚ ਕੋਈ ਘਾਟ ਨਹੀਂ, ਇਦਾਂ ਦੇ ਗੁਰਮਤ ਸਮਾਗਮ ਅੱਜ ਦੇ ਸਮੇਂ ਵਿੱਚ ਬਹੁਤ ਹੋ ਰਹੇ ਨੇ। ਲਾਈਵ ਟੈਲੀਕਾਸਟ ਸਾਡੇ ਘਰਾਂ ਵਿੱਚ ਚੱਲਦਾ ਹੈ, ਕੀਰਤਨ ਦਾ, ਕਥਾ ਦਾ, ਗੁਰਬਾਣੀ ਦੇ ਪਾਠ ਦਾ, ਪਰ ਪਹਿਲੀ ਗੱਲ ਇਹ ਹੈ ਵੀ ਅਸੀਂ ਕਦੇ ਉਹਦਾ ਅਸਰ ਨਹੀਂ ਕਬੂਲਿਆ। ਜਿਹਨੀ ਮੈਂ ਬੇਨਤੀ ਆਰੰਭਤਾ ਵਿੱਚ ਕੀਤੀ ਸੀ, ਪੁਰਾਣੇ ਸਮਿਆਂ ਵਿੱਚ ਇੰਨੇ ਸਕੂਲ ਨਹੀਂ ਸੀ ਹੁੰਦੇ, ਸਕੂਲਾਂ ਦੀਆਂ ਇਮਾਰਤਾਂ ਵੱਧ ਗਈਆਂ, ਪਰ ਇਮਾਰਤਾਂ ਵਧਣ ਦਾ ਨਤੀਜਾ ਸਾਡੇ ਸਾਹਮਣੇ ਹੈ, ਕਿਉਂਕਿ ਸਮਾਜ ਪੜ੍ਹਿਆ ਲਿਖਿਆਂ ਦਾ ਹੋ ਗਿਆ, ਗਿਆਨ ਵੱਧ ਗਿਆ, ਲੋਕ ਪੜ੍ਹੇ ਲਿਖੇ ਪੈਦਾ ਹੋ ਗਏ। ਪਰ ਜੇ ਗੁਰਦੁਆਰਿਆਂ ਦੀਆਂ ਇਮਾਰਤਾਂ ਵਧੀਆਂ ਕਿ ਸਿੱਖੀ ਵੀ ਵਧੀ? ਨਹੀਂ। ਕਿਉਂ? ਕਿਉਂਕਿ ਅਸੀਂ ਸਕੂਲ ਵਿੱਚ ਅਕਲ ਲੈਣ ਲਈ ਗਏ, ਪਰ ਗੁਰਦੁਆਰੇ ਵਿੱਚ ਅਸੀਂ ਅਕਲ ਲੈਣ ਨਹੀਂ ਆਏ।
ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿੰਦੇ ਨੇ ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ, ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਇਹ ਦੁਆਰਾ ਧੋਏ ਹੱਛਾ ਹੋਏ ਸੀ। ਜਿਹੜਾ ਭਾਈ ਗੁਰੂ ਦੇ ਦੁਆਰੇ ਤੇ ਜਾਂਦਾ ਉਹਨੂੰ ਗੁਰੂ ਦੀ ਮਤ ਲੈਣੀ ਚਾਹੀਦੀ, ਗੁਰੂ ਦੀ ਅਕਲ ਲੈਣੀ ਚਾਹੀਦੀ। ਇਸ ਕਰਕੇ ਜਿੱਦਣ ਅਸੀਂ ਗੁਰੂ ਨਾਨਕ ਦੀ ਸੋਚ ਤੇ ਪਹਿਰਾ ਦੇਵਾਂਗੇ, ਜਿੱਦਣ ਅਸੀਂ ਆਪਣੇ ਗੁਰੂ ਦੇ ਕਹੇ ਅਨੁਸਾਰ ਚੱਲਾਂਗੇ, ਉਦਣ ਹੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਾਂਗੇ। ਨਹੀਂ ਤੇ ਗੁਰਬਾਣੀ ਦਾ ਫੈਸਲਾ ਇਹ ਹੈ, ਸਲਾਮ ਜਵਾਬ ਦੋਵੇਂ ਕਰੇ ਮੁੰਡੋ ਕੁੱਥਾ ਜਾਏ। ਸਤਿਗੁਰ ਕੀ ਪ੍ਰਤੀਤ ਨਾ ਆਈਆ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ, ਲੋਕ ਗਾ ਕੇ ਪੜੋ, ਸਾਰੀ ਸੰਗਤ ਧਿਆਨ ਨਾਲ ਸੁਣਿਓ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ, ਜਿਹਨਾਂ ਨੂੰ ਆਪਣੇ ਗੁਰੂ ਤੇ ਵਿਸ਼ਵਾਸ ਨਹੀਂ ਆਇਆ, ਜਿਨ੍ਹਾਂ ਦਾ ਆਪਣੇ ਗੁਰੂ ਦੇ ਸ਼ਬਦਾਂ ਨਾਲ ਪਿਆਰ ਨਹੀਂ ਪਿਆ, ਸਤਿਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਲਾਗੋ ਭਾਉ, ਜਿਨ੍ਹਾਂ ਦਾ ਆਪਣੇ ਗੁਰੂ ਦੇ ਬਚਨਾਂ ਨਾਲ ਪਿਆਰ ਨਹੀਂ ਪਿਆ, ਕਹਿੰਦੇ ਉਹ ਜ਼ਿੰਦਗੀ ਵਿੱਚ ਕਦੇ ਵੀ ਸੁਖੀ ਨਹੀਂ ਹੋ ਸਕਦੇ। ਲੋ ਸੁਣੋ ਧਿਆਨ ਨਾਲ। ਸਤਿਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਲਾਗੋ ਭਾਉ, ਸ਼ਬਦ ਨਾ ਲਾਗੋ ਭਾਉ, ਸਤਿਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਲਾਗੋ ਭਾਉ, ਸਤਿਗੁਰ ਕੀ ਪ੍ਰਤੀਤ ਨਾ ਆਇਆ ਸ਼ਬਦ ਨਾ ਲਾਗੋ ਭਾਉ, ਸ਼ਬਦ ਨਾ ਲਾਗੋ ਭਾਉ, ਪ੍ਰਤੀਤ ਨਾ ਆਇਆ ਸ਼ਬਦ ਨਾ ਲਾਗੋ ਭਾਉ, ਸ਼ਬਦ ਨਾ ਲਾਗੋ ਭਾਉ, ਉਸ ਨੂੰ ਸੁਖ ਨਾ ਉਪਜੈ, 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 ਸੁਖ ਨਾ ਉਪਜੈ, ਉਸ ਨੂੰ ਸੁਖ ਨਾ ਉਪਜੈ, ਉਸ ਨੂੰ ਸੁਖ ਨਾ ਉਪਜੈ, ਉਸ ਨੂੰ ਸੁਖ ਨਾ ਉਪਜੈ, ਸੌ ਗੇੜਾ ਆਵੋ ਜਾਓ ਭਾਵੇਂ ਸੌ ਗੇੜਾ ਆਵੋ ਸਤਿਗੁਰ ਕੀ ਪ੍ਰਤੀਤ ਨਾ ਆਇਆ, 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 ਸ਼ਬਦ ਨਾ ਲਾਗੋ ਭਾਉ, ਸ਼ਬਦ ਨਾ ਲਾਗੋ ਭਾਉ, ਸ਼ਬਦ ਨਾ ਲਾਗੋ ਭਾਉ, ਸ਼ਬਦ ਨਾ ਲਾਗੋ ਭਾਉ, ਸਤਿਗੁਰ ਕੀ ਪ੍ਰਤੀਤ ਨਾ ਆਇਆ, 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 ਸਤਿਗੁਰ ਕੀ ਪ੍ਰਤੀਤ ਨਾ ਸਤਿਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਲਾਗੋ ਪਾਓ, ਉਸ ਨੂੰ ਸੁੱਖ ਨਾ ਉਪਜੈ ਭਾਵੇਂ ਸੌ ਗੇੜਾ ਆਵੋ ਜਾ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ, ਪਿਆਰਿਓ ਇੱਕ ਵਾਰੀ ਛੱਡੋ
ਦੋ ਵਾਰੀ ਛੱਡੋ ਕਹਿੰਦੇ ਸੌ ਵਾਰੀ ਆ ਜਾਓ। ਜੇ ਗੁਰੂ ਦੀ ਗੱਲ ਨਹੀਂ ਮੰਨਣੀ ਤੇ ਆਉਣ ਦਾ ਕੋਈ ਫਾਇਦਾ। ਇਸ ਕਰਕੇ ਗੁਰਦੁਆਰੇ ਬੜੇ ਨੇ, ਅਕਲ ਲੈਣ ਲਈ ਗੁਰਦੁਆਰੇ ਜਾਈਏ, ਗੁਰੂ ਤੋਂ ਅਕਲ ਲਈਏ, ਗੁਰੂ ਤੋਂ ਮਤ ਲਈਏ। ਫਿਰ ਵੇਖਿਓ ਪਿਆਰਿਓ, ਜਦੋਂ ਅਸੀਂ ਗੁਰਦੁਆਰੇ ਵਿੱਚੋਂ ਅਕਲ ਲੈਣ ਜਾਵਾਂਗੇ ਨਾ, ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਇਸ ਦੁਆਰਾ ਧੋਏ ਹੱਛਾ ਹੋਏ ਸੀ, ਫਿਰ ਵੇਖਿਓ ਫਿਰ ਆ ਇਮਾਰਤਾਂ ਬਣਨ ਦਾ ਵੀ ਸਾਨੂੰ ਨਤੀਜਾ ਸਾਡੇ ਸਾਹਮਣੇ ਆਏਗਾ। ਜਿਵੇਂ ਵੇਖੋ ਸਕੂਲ ਬਣ ਗਏ, ਅੱਜ ਸਮਾਜ ਪੜ੍ਹਿਆ ਲਿਖਿਆ ਦਾ ਪੈਦਾ ਹੋ ਗਿਆ, ਹਰ ਘਰ ਵਿੱਚ ਪੜ੍ਹਿਆ ਲਿਖਿਆ ਹੈ। ਫਿਰ ਜਦੋਂ ਅਸੀਂ ਗੁਰਦੁਆਰੇ ਦੀ ਵਰਤੋਂ ਸਹੀ ਕਰਾਂਗੇ, ਅਕਲ ਲੈਣ ਜਾਵਾਂਗੇ, ਗੁਰਦੁਆਰੇ ਵਿੱਚੋਂ ਮਤ ਲੈਣ ਜਾਵਾਂਗੇ, ਫਿਰ ਸਾਡੇ ਵਿੱਚ ਸਿੱਖੀ ਵੀ ਬਣੇਗੀ। ਸਿੱਖੀ ਇੱਕ ਸੋਚ ਦਾ ਨਾਮ ਹੈ, ਸਿੱਖੀ ਪਹਿਰਾਵਾ ਨਹੀਂ, ਸਿੱਖੀ ਇੱਕ ਸੋਚ ਦਾ ਨਾਮ ਹੈ। ਜਿਹੜੀ ਸੋਚ ਅੱਜ ਸਾਡੇ ਵਿੱਚੋਂ ਖਤਮ ਹੋ ਚੁੱਕੀ ਹੈ, ਇਹ ਕਹਿੰਦੇ ਸਿੱਖੀ ਵੱਧ ਰਹੀ ਹੈ, ਨਹੀਂ ਜੀ ਸਿੱਖੀ ਨਹੀਂ ਵੱਧ ਰਹੀ, ਸਿੱਖੀ ਤਾਂ ਸਗੋਂ ਘੱਟ ਰਹੀ ਹੈ। ਸਿੱਖੀ ਇੱਕ ਸੋਚ ਹੈ ਜਿਹੜੀ ਘੱਟਦੀ ਜਾ ਰਹੀ ਹੈ। ਵੇਖੋ ਅੱਜ ਵੇਖੋ ਆਪਾਂ ਕਹਿੰਦੇ ਹਾਂ ਪੱਗ ਬੰਨ ਲਈ, ਦਾੜਾ ਛੱਡ ਲਿਆ ਜੀ, ਠੀਕ ਹੈ ਓਕੇ ਸਿੱਖ ਬਣ ਗਿਆ। ਨਹੀਂ, ਜਿੱਦਣ ਤੇਰੇ ਘਰ ਵਿੱਚ ਪੁੱਤ ਦਾ ਵਿਆਹ ਹੋਇਆ, ਉਹਦੇ ਪਤਾ ਲੱਗੂ ਵੀ ਨੱਚਣ ਵਾਲੀਆਂ ਲਿਆਉਣਾ ਕਿ ਨਹੀਂ ਲਿਆਉਂਦਾ, ਆਹ ਸੋਚ ਨੂੰ ਪਤਾ ਲੱਗੂ। ਘਰ ਵਿੱਚ ਤੰਬਾਕੂ ਨਸ਼ਾ ਚੱਲਦਾ ਕਿ ਨਹੀਂ ਚੱਲਦਾ, ਉਹਦੇ ਪਤਾ ਲੱਗੂ। ਸਿੱਖੀ ਇੱਕ ਸੋਚ ਹੈ। ਇੰਨਾ ਸਮਾਂ ਨਹੀਂ ਵੀ ਮੈਂ ਗੱਲ ਖੁੱਲ੍ਹ ਕੇ ਕਰ ਸਕਾਂ, ਕਿਉਂਕਿ ਸਮਾਂ ਉੱਪਰ ਹੋ ਚੁੱਕਿਆ, 4:10 ਹੋ ਗਏ ਨੇ। ਤੁਸੀਂ ਘਰਾਂ ਕਿਸਾਨ ਵੀਰ ਵੀ ਵਿੱਚ ਪਰਿਵਾਰਾਂ ਵਾਲੇ ਜਾ ਕੇ ਰਸੋਈ ਦਾ ਵੀ ਕੰਮ ਕਾਰ ਕਰਨਾ ਹੈ, ਕਈਆਂ ਨੇ ਧਾਰਾਂ ਦਾ ਟਾਈਮ ਹੋਏਗਾ, ਪਸ਼ੂਆਂ ਦੀਆਂ ਧਾਰਾਂ ਕੱਢਣੀਆਂ ਨੇ, ਪਸ਼ੂਆਂ ਨੂੰ ਪੱਠੇ ਵੀ ਪਾਉਣੇ ਨੇ ਕਈਆਂ ਨੇ, ਇਸ ਕਰਕੇ ਮੈਂ ਸਮਾਂ ਬਹੁਤਾ ਉੱਪਰ ਨਹੀਂ ਲੈ ਕੇ ਜਾਂਦਾ। ਬਸ ਮੇਰੀ ਇੱਕੋ ਹੀ ਵਾਰ ਵਾਰ ਹੱਥ ਜੋੜ ਕੇ ਬੇਨਤੀ ਹੈ, ਗੁਰਦੁਆਰਾ ਅਕਲ ਲੈਣ ਦਾ ਇੱਕ ਸਾਡੇ ਕੋਲ ਕੇਂਦਰ ਹੈ, ਇੱਕ ਜਗ੍ਹਾ ਜਿੱਥੋਂ ਅਸੀਂ ਅਕਲ ਲਈਏ, ਜਿੱਥੋਂ ਅਸੀਂ ਮਤ ਲਈਏ। ਇਸ ਕਰਕੇ ਪਿਆਰਿਓ, ਗੁਰਦੁਆਰੇ ਦਾ ਵੀ ਕਨਸੈਪਟ ਇਹੀ ਹੈ, ਸਿੱਖਣ ਵਾਸਤੇ ਆਓ, ਸੇਵਾ ਲਈ ਜਾਓ। ਵੇਖੋ ਧਿਆਨ ਨਾਲ ਸੁਣਿਓ, ਅਸੀਂ ਗੁਰਦੁਆਰੇ ਵਿੱਚ ਕਦੇ ਉੱਚਾ ਨਹੀਂ ਬੋਲਦੇ, ਠੀਕ ਹੈ ਨਾ ਪਿਆਰਿਓ। ਗੁਰਦੁਆਰੇ ਵਿੱਚ ਅਸੀਂ ਕਦੇ ਮਾੜਾ ਨਹੀਂ ਬੋਲਦੇ, ਗੁਰਦੁਆਰੇ ਵਿੱਚ ਅਸੀਂ ਕਦੇ ਤੰਬਾਕੂ ਨਹੀਂ ਲੈ ਕੇ ਜਾਂਦੇ, ਗੁਰਦੁਆਰੇ ਵਿੱਚ ਅਸੀਂ ਕਦੇ ਇੱਕ ਦੂਸਰੇ ਵੱਲ ਮੈਲ ਵਾਲੀ ਅੱਖ ਨਾਲ ਨਹੀਂ ਤੱਕਦੇ। ਇਹ ਸਿੱਖ ਲਿਆ ਇੱਥੋਂ, ਇਹਨੂੰ ਅੱਗੇ ਲੈ ਚਲੋ, ਅੱਗੇ ਲੈ ਚਲੋ, ਇੱਥੋਂ ਸਿੱਖਿਆ ਬਾਹਰ ਲੈ ਕੇ ਲਾਗੂ। ਇੱਥੇ ਅਸੀਂ ਪ੍ਰਸ਼ਾਦਾ ਵਾਹਿਗੁਰੂ ਜੀ, ਦਾਲ ਵਾਹਿਗੁਰੂ ਜੀ, ਜਲ ਵਾਹਿਗੁਰੂ ਜੀ, ਇੱਥੇ ਐਂ ਚੱਲਦਾ ਤੇ ਬਾਹਰ ਲੈ ਕੇ। ਇੱਥੇ ਤੇ ਵੇਖਿਓ ਵੱਡੇ ਵੱਡੇ ਬੰਦੇ ਵੀ ਜੋੜੇ ਸਾਫ਼ ਕਰਦੇ ਨੇ, ਇੱਥੇ ਬਹਿ ਕੇ ਤੇ ਬਾਹਰ ਲੈ ਕੇ। ਕਿੱਧਰ ਦਾ ਸਾਡਾ ਸਿਸਟਮ ਹੈ? ਹੁਣ ਗੁਰੂ ਨਾਨਕ ਸਾਹਿਬ ਨੇ ਤੇ ਇਸੇ ਕਰਕੇ ਕਿਹਾ ਸੀ ਨਾ, ਜਿਹੜੀ ਸੁਲਤਾਨਪੁਰ ਸ਼ਹਿਰ ਦੇ ਵਿੱਚ ਮਸਜਿਦ ਦੇ ਵਿੱਚ ਜਿਹੜੀ ਨਮਾਜ਼ ਪੜ੍ਹਨ ਦੀ ਜਿਹੜੀ ਸਾਖੀ ਹੈ, ਗੁਰੂ ਨਾਨਕ ਜੀ ਨੇ ਇਹੀ ਕਿਹਾ ਸੀ ਨਾ ਵੀ ਕਾਜੀ ਸਾਹਿਬ, ਜਿਹੜਾ ਰੂਪ ਤੁਹਾਡਾ ਮਸਜਿਦ ਵਿੱਚ ਹੈ, ਇਹ ਰੂਪ ਤੁਹਾਡਾ ਬਾਹਰ ਲੋਕਾਂ ਵਿੱਚ ਵੀ ਹੋਣਾ ਚਾਹੀਦਾ। ਨਵਾਬ ਸਾਹਿਬ, ਜਿਹੜਾ ਰੂਪ ਤੁਹਾਡਾ ਇੱਥੇ ਮਸਜਿਦ ਵਿੱਚ ਹੈ ਨਾ, ਇੱਥੇ ਦੇਖਣ ਨੂੰ ਤਾਂ ਐਂ ਲੱਗਦੇ ਪਤਾ ਨਹੀਂ ਕਿੰਨੇ ਕੁ ਪਿਆਰੇ ਭਗਤ ਹੋ ਤੁਸੀਂ, ਤੁਹਾਡਾ ਪਹਿਰਾਵਾ ਵੇਖ ਕੇ, ਤੁਹਾਡਾ ਇੱਥੇ ਮੱਥਾ ਟੇਕਣ ਦਾ ਤਰੀਕਾ ਵੇਖ ਕੇ ਐਂ ਲੱਗਦਾ ਕਿੰਨੇ ਕੁ ਪਿਆਰੇ ਭਗਤ ਹੋ। ਜਿਹੜਾ ਰੂਪ ਤੁਹਾਡਾ ਇੱਥੇ ਹੈ, ਇਹ ਰੂਪ ਤੁਹਾਡਾ ਬਾਹਰ ਵੀ ਹੋਣਾ ਚਾਹੀਦਾ। ਆਹ ਗੁਰੂ ਨਾਨਕ ਨੇ ਸਾਨੂੰ ਸਿਖਾਇਆ ਸੀ। ਸਿੱਖੀ ਇੱਕ ਸੋਚ ਦਾ ਨਾਮ ਹੈ, ਸਿੱਖੀ ਸਿੱਖਿਆ ਗੁਰੂ ਵਿਚਾਰ, ਗੁਰੂ ਦੀ ਵਿਚਾਰ ਨੂੰ ਸਿੱਖੀ ਕਹਿੰਦੇ ਨੇ, ਗੁਰੂ ਦੀ ਸੋਚ ਨੂੰ ਸਿੱਖੀ ਕਹਿੰਦੇ ਨੇ, ਜਿਹੜੀ ਸਾਡੇ ਅੰਦਰ ਆਉਣੀ ਚਾਹੀਦੀ ਹੈ। ਆਪਣੇ ਅੰਦਰ ਗੁਰੂ ਦੀ ਸੋਚ ਧਾਰਨ ਕਰੀਏ ਤਾਂ ਫਿਰ ਅਸੀਂ ਸਾਰੇ ਸਿੱਖ ਬਣ ਸਕਦੇ। ਇਸ ਕਰਕੇ ਜਿਸ ਕੇ ਦਿਵਸ ਮਨਾਤੇ ਹੋ ਉਨਕੀ ਬਾਤੇ ਵੀ ਮਾਨਾ ਕਰੋ। ਸਾਡੇ ਆਹ ਮਨਾਏ ਹੋਏ ਦਿਨ ਦਿਹਾੜੇ ਤਾਂ ਸਫਲ ਹੋਣਗੇ ਜੇ ਅਸੀਂ ਆਪਣੇ ਗੁਰੂ ਦੇ ਬਚਨਾਂ 'ਤੇ ਪਹਿਰਾ ਦਿਆਂਗੇ। ਮੇਰੀ ਸੰਗਤ ਨੂੰ ਬੇਨਤੀ ਹੈ ਵੀ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਕਹੀਏ ਨਾ, ਗੁਰੂ ਮੰਨੀਏ ਵੀ, ਆਪਣੀ ਜ਼ਿੰਦਗੀ ਵਿੱਚ ਲਾਗੂ ਵੀ ਕਰੀਏ, ਕਿਉਂਕਿ ਪ੍ਰਚਾਰ ਵਿੱਚ ਕੋਈ ਕਮੀ ਨਹੀਂ। ਅੱਜ ਦੇ ਸਮੇਂ ਵਿੱਚ ਪ੍ਰਚਾਰ ਬਹੁਤ ਹੋ ਰਿਹਾ, ਕਮੀ ਕਿੱਥੇ ਹੈ ਜੀ ਸਾਡੇ ਮੰਨਣ ਵਿੱਚ? ਅਸੀਂ ਗੁਰਬਾਣੀ ਦੀ ਗੱਲ ਨਹੀਂ ਮੰਨਦੇ, ਨਹੀਂ ਸੁਣਦੇ। ਤਾਂ ਕਰਕੇ ਮੇਰੀ ਸੰਗਤ ਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਵੀ ਸਿੱਖ ਬਣੀਏ। ਕਿਹੜੀ ਸਿੱਖੀ? ਸਿੱਖੀ ਸਿੱਖਿਆ ਗੁਰੂ ਵਿਚਾਰ। ਪੱਗ ਬੰਨ੍ਹਣੀ ਬਹੁਤ ਸੋਹਣੀ ਗੱਲ ਹੈ ਜੀ, ਦਾਰਾ ਰੱਖਣਾ ਬਹੁਤ ਸੋਹਣਾ ਹੈ, ਕਿਰਪਾਨ ਪਾਉਣੀ ਬਹੁਤ ਜ਼ਰੂਰੀ ਹੈ, ਪਾਉਣੀ ਚਾਹੀਦੀ ਹੈ, ਪਰ ਕਿਰਪਾਨ ਪਾ ਕੇ ਕਿਰਦਾਰ ਵੀ ਸੋਹਣਾ ਹੋਣਾ ਚਾਹੀਦਾ, ਇਹ ਉਸ ਤੋਂ ਵੀ ਜ਼ਰੂਰੀ ਹੈ, ਇਹ ਉਸ ਤੋਂ ਵੀ ਜ਼ਰੂਰੀ ਹੈ। ਅੱਜ ਕਿਰਦਾਰ ਦੀ ਗੱਲ ਕਰਨ ਦੀ ਲੋੜ ਹੈ। ਸੋ ਆਓ, ਆਪ ਸੰਗਤ ਦਾ ਬਹੁਤ ਬਹੁਤ ਧੰਨਵਾਦ, ਬੜੇ ਪਿਆਰ ਨਾਲ ਆਪ ਜੀ ਨੇ ਇਕਾਗਰਤਾ ਬਖਸ਼ਿਸ਼ ਕਰਕੇ ਗੁਰਬਾਣੀ ਦੇ ਕੀਰਤਨ ਅਤੇ ਗੁਰਬਾਣੀ ਦੀ ਵਿਚਾਰ ਨਾਲ ਹਾਜ਼ਰੀਆਂ ਭਰੀਆਂ।
मैं आप जी नूं इतिहास नहीं सुनाया, इहदा कारण इह सी वी तुसीं सुन रहे सी ते भाई साहब बड़े विस्थार नाल सुना रहे सी, इह कल नूं आप जी ने इहनां पासों इतिहास सरवण करना ते बाकी नाल नाल इह वी चाहीदी वी समय दी गल करनी चाहीदी वी असीं कित्थे जे पहुंचे। ठीक है भाई पचित्तर सिंह महान हो गए, भाई दयाला जी महान हो गए, बाबा अजीत सिंह की महानता है, बाबा फतेह सिंह की 7 साल की उम्र में महानता है, पर साडी की महानता है बेटे, असीं कित्थे जे पहुंचे। हड टम दे असीं बने आ, हड टम दे ओह बने सी, मनुखी बंतर साडी इक है पर साडी सोच इक ने, सानूं चाहीदी है साडी सोच बाबा फतेह सिंह वाली, तां मनाए हुए आ दिहाड़े प्रवान होणगे, साडी सोच कलगीधर वाली होणी चाहीदी, कलगीधर दे पुत्रो धीओ अमृत धारी होके जीओ, मतलब उहनां दी सोच धारण करो, उहनां वर्गे बणो, साडा सुभाअ साडे पिता ते जाणा चाहीदा, इसे भी साडी सफलता है। आओ सारी संगत ने आनंद साहब की बाणी विच नाल बोलना, अरदास हुक्मनामे बेनती जी काली ना करियो, गुरु साहब के स्वरूप जानगे फिर आप सब संगत ने आपो अपने घर में चले पाने, 2 दिन के समागम मगर रह चुके ने, संगत को बेनती भी कल वेले नाल आ जायो, 12 बजे तो लैके 4 बजे तक समागम का समय है, कल नू 3-4 जथिया ने हाजिरी भरनी है, 12 बजे दीवान जिहड़े ने शुरू हो जाणगे, सारी संगत नू बेनती है टाइम सिर आयो, क्योंकि जे टाइम नाल शुरू हो गए समागम फिर समय नाल समाप्ति हो जाती है, क्योंकि शाम के वेले बीबियां ने चुल्हे रसोई का काम करना होंदा, वीरां ने धारां कढ़नियां होंदियां ने, फिर समा थोड़ा रह जाता मंदर। आओ मगरले 2 दिन एक भाई हरप्रीत सिंह जी, एक भाई सुरेंद्र सिंह जी गुरुद्वारा परमेश्वर द्वार साहिब के प्रचारक, ते एक होर वीर कल नूं 2 दिन जिहड़े मगर रह गए आप संगतां दे दर्शन करनगे, आप जी नूं बेनती है वेरे नाल पहुँच के हाजरियां भरनियां, जिथे पासिओं हाजरी भरदे आ कीर्तन करदे आ गुरमत दे विचार करदे आ, जे मैं गुरबाणी तो बाहर हो के कुछ बोल गया होवां इस गल की आप जी तो माफ़ी मंगदा। एक बेनती है जी, इधर लहरे दे कोल लहरा गागा, लहरे दे कोल पिंड पैंदा हरियाऊ, हरियाऊ डसका 2 कट्ठे पिंड वज, हरियाऊ पिंड 21-22-23 जनवरी अगला महीना 21-22-23 जनवरी के भाई रणजीत सिंह खालसा ढड्डरियां वालियां के गुरु मान्यो ग्रंथ चेतना समागम, 3 दिन के समागम 21-22-23 जनवरी के समा है 1 बजे तो लैके 4 बजे तक का दिन के दीवान ने, जिहड़ियां संगतां उत्थे पहुँच के हाजरियां भर सकदियां ने उत्थे पहुँच के हाजरियां भरो, पिंड है हरियाऊ नेड़े लहरा गागा, आओ रल मिल के सारी संगत आनंद साहिब दी बाणी विच सारे नाल बोलो। रामगली महला तीजा आनंद एक ओंकार सत गुर प्रसाद, आनंद पाया मेरी माए सत गुरु मैं पाया, राज रतन परवार परियां शब्द का बनियाया, गाओ हरी तेरा मतनी बसाया, कहे नानक आनंद हुआ सतगुरु मैं पाया, हे मन मेरे आत्म सदा रहो हर नाले, हर नाल रहो तू मन मेरे दुख सब विसारिया, कारू करे तेरा कर साब सवारा, अपना गला सम्राट स्वामी सो क्यों मनो विसारे, मन मेरे सदा रहो हर नाले, साचे साहिबा क्या नहीं कर तेरा, आता तेरा सब कुछ है इस देह सुपारे, सदा सिर्फ सला तेरी नाम मन बसावे, मन सियावाज शब्द कनेरे, कह नानक सच्चे साहिब क्या नहीं कर तेरे, सच्चा नाम मेरा आधारो सच नाम आधार मेरा जन दुखा सब दवाइया, हर शांत सुख मन आए बसिया जिने इच्छा सब पुजाइया, सुनो संतो शब्द करो ते आरो साजा, आम मिलाया दारो वाले पंच शब्द नित कर सिखावे, शब्द वाले कर सिखावे, पंच
ਜੂਤ ਤੁਦਵਾਸ ਕੀਤੇ ਕਾਲ ਕੰਟਕ ਮਾਰਿਆ ਨਾਮ ਪਾਇਆ ਤੁਜਨ ਕੋ ਸੇ ਨਾਮ ਹਰ ਤੈ ਲਾਗੇ ਕਹਿ ਨਾਨਕ ਤਾ ਸੁਖੋ ਆਤਕਾਰਿਆ ਨਦਵਾਜੇ ਮਨ ਸੁਣੋ ਵੱਡ ਪਾਕੀਓ ਸਗਨ ਮਨੋਰਥ ਪੂਰੇ ਪਾਲ ਰਮ ਪਾਇਆ ਉਤਰੇ ਸਗਲ ਵਸੂਰੇ ਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰ ਸੇ ਪੂਰੇ ਗੁਰ ਤੇ ਜਾਣੀ ਏ ਪੁਰਿਤ ਬੈਠੇ ਪੁਰਤ ਸਤਿਗੁਰ ਰਹਿਆ ਭਰਪੂਰੇ ਬਿਲਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਮਾਤ ਪਿਤਾ ਹਮ ਵਾਰਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਤਰਤਾਰੀ ਤੂਤੇ ਹੋਏ ਸੋ ਆਗਿਆਕਾਰੀ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਤੁਦ ਅਗੇ ਅਰਦਾਸ ਪਿੰਡ ਸਭ ਤੇਰਾ ਵਾਹਿਗੁਰੂ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣ ਮੇਰਾ ਵਾਹਿਗੁਰੂ 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 ਸਾਹਿਬ ਜੀ ਤੁਦਿਆ ਗਏ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੈ ਮੇਰਾ ਅਰਦਾਸ ਸਿੱਖ ਓਮਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੀਨ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਿਠਿਆ ਸਭ ਦੁਖ ਜਾਏ ਤੇਗ ਬਹਾਦੁਰ ਸਿਮਰਿਆ ਘਰ ਨੌ ਨਿਧਿਆਵੈ ਤਾਏ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਸਰਬੰਸ ਕੇਦਾਨੀ ਚਿੱਟੇ ਆਵਾਜ਼ਾਂ ਵਾਲੇ ਦਸ਼ਮੇਸ਼ ਪਿਤਾ ਜੀ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੇ ਪਾਵਨ ਪਵਿੱਤਰ ਸਰੂਪ ਚਾਵਰ ਛਤਰ ਤਖਤਾਂ ਦੇ ਮਾਲਕ ਗੁਰਤਾ ਗੱਦੀ ਸੁਭਾਏ ਮਾਨ ਜੁਗੋ ਜੁਗਾ ਟਲ ਧੰਨ 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 ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਉਪਦੇਸ਼ ਦੀਦਾਰ ਸਾਹਿਬ ਜੀ ਕਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਸ਼੍ਰੀ ਵਾਹਿਗੁਰੂ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਸੁਣ ਕੇ ਅਨਿਠ ਕੀਤਾ ਜੀ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਸ਼੍ਰੀ ਵਾਹਿਗੁਰੂ ਵਾਹਿਗੁਰੂ ਪਾਤਸ਼ਾਹ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਨਾਂ ਤਰਖੜੀਆਂ ਤੇ ਚੜਿਆਰਿਆਂ ਦੇ ਨਾਲ ਤਨ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ
ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਭਾਹੀ ਤਿੰਨਾ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦ ਸਿੰਘਾਂ ਸਿੰਘਣੀਆਂ ਪੰਜਾਂ ਤਖਤਾਂ ਸਰਬੱਤਰ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਸ਼੍ਰੀ ਵਾਹਿਗੁਰੂ ਵਾਹਿਗੁਰੂ ਪਾਤਸ਼ਾਹ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਆਪ ਜੀ ਦਾ ਪਾਵਨ ਨਾਮ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜੀ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਰ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲਿਓ ਬੋਲਣਾ ਜੀ ਸ਼੍ਰੀ ਵਾਹਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਆਪ ਜੀ ਦੇ ਪਿਆਰੇ ਗੁਰਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹੋ ਦਾਨ ਭਰੋਸਾ ਦਾਨ ਦਾਨਾ ਸਿਰਦਾਰ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈ ਜੈਕਾਰ ਖਾਲਸਾ ਜੀ ਸਾਹਿਬ ਬੋਲਣਾ ਜੀ ਸ਼੍ਰੀ ਵਾਹਿਗੁਰੂ ਪਾਤਸ਼ਾਹ ਜੀ ਆਪ ਜੀ ਦੇ ਪਿਆਰੇ ਗੁਰਸਿੱਖਾਂ ਨੂੰ ਸਿੱਖੀ ਦਾਨ ਗੁਰਸਿੱਖਾਂ ਦਾ ਮਰਨੀ ਵਾ ਮਤ ਉੱਚੀ ਮਤ ਪਾਦੇ ਰੱਖਿਆ ਅਕਾਲ ਪੁਰਖ ਵਾਹਿਗੁਰੂ ਜੀ ਸ਼੍ਰੀ ਨਨਕਾਣਾ ਸਾਹਿਬ ਜੀ ਸ਼੍ਰੀ ਪੰਜਾ ਸਾਹਿਬ ਜੀ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਜੀ ਨੂੰ ਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦੀਦਾਰੇ ਸੇਵਾ ਸੰਭਾਲ ਕਰਨ ਦਾ ਦਾਨ ਆਪਣੇ ਪਿਆਰੇ ਖਾਲਸਾ ਪੰਥ ਜੀ ਨੂੰ ਬਖਸ਼ਣਾ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਧੰਨ 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 ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਮੁਬਾਰਕ ਪਾਵਨ ਪਵਿੱਤਰ ਚਰਣਾ ਪਾਸ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਜੀ ਕਿਰਪਾ ਬਖਸ਼ਿਸ਼ ਕੀਤੀ ਆਪ ਜੀ ਨੇ ਪਿੰਡ ਸਾਧਨਵਾਸ ਦੀ ਗੁਰਮੁਖ ਸੰਗਤ ਵੱਲੋਂ ਰਲ ਮਿਲ ਕੇ ਸੱਚੇ ਪਾਤਸ਼ਾਹ ਜੀ ਹਰ ਸਾਲ ਦੀ ਤਰ੍ਹਾਂ ਆਪਣੀਆਂ ਕਿਰਤ ਕਮਾਈਆਂ ਨੂੰ ਸਫਲਾ ਕਰਨ ਵਾਸਤੇ ਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜ਼ਰ ਕੌਰ ਦੀ ਸ਼ਹਾਦਤ ਨੂੰ ਸੱਚੇ ਪਾਤਸ਼ਾਹ ਜੀ ਮੁੱਖ ਰੱਖਦਿਆਂ ਸਮਰਪਿਤ ਇਹ ਤਿੰਨ ਰੋਜ਼ਾ ਦੀਵਾਨਾਂ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਸੱਚੇ ਪਾਤਸ਼ਾਹ ਜੀ ਕਿਰਪਾ ਅਨੁਸਾਰ ਆਪ ਜੀ ਦੇ ਅਪਾਰ ਰਹਿਮਤ ਬਖਸ਼ਿਸ਼ ਕਿਰਪਾ ਹੋਈ ਸੱਚੇ ਪਾਤਸ਼ਾਹ ਜੀ ਪਹਿਲੇ ਦੀਵਾਨ ਦੀ ਸਮਾਪਤੀ ਸਮੇਂ ਹੁਕਮਨਾਮਾ ਸਭ ਤੋਂ ਬਾਅਦ ਹੋ ਜਾਵੇਗੀ ਸੱਚੇ ਪਾਤਸ਼ਾਹ ਕਿਰਪਾ ਬਖਸ਼ਿਸ਼ ਕਰਨੀ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਗੁਰਮੁਖ ਸੰਗਤ ਕੋਲੋਂ ਸੱਚੇ ਪਾਤਸ਼ਾਹ ਜੀ ਗੁਰਮੁਖ ਪਿਆਰਿਆਂ ਕੋਲੋਂ ਪਾਵਨ ਗੁਰਬਾਣੀ ਦਾ ਜਾਪ ਕਰਦਿਆਂ ਤੋਂ ਸ਼ਬਦ ਕੀਰਤਨ ਕਥਾ ਵਿਚਾਰਾਂ ਪਵਿੱਤਰ ਇਤਿਹਾਸ ਦੀਆਂ ਵਿਚਾਰਾਂ ਸੱਚੇ ਪਾਤਸ਼ਾਹ ਜੀ ਕਰਦਿਆਂ ਤੋਂ ਹੋਈਆਂ ਤਮਾਮ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੇ ਵਾਸਤੇ ਸ਼ੁੱਧ ਸਪਸ਼ਟ ਗੁਰਬਾਣੀ ਪੜ੍ਹਨ ਦਾ ਕਥਾ ਵਿਚਾਰਾਂ ਸ਼ਬਦ ਕੀਰਤਨ ਕਰਨ ਦਾ ਬਲ ਉਤਮੁਦ ਬਖਸ਼ਣਾ ਜੀ ਕਿਰਪਾ ਬਖਸ਼ਿਸ਼ ਕਰਨੀ ਇਹਨਾਂ ਕਥਾ ਵਿਚਾਰਾਂ ਦਾ ਭਾਵ ਸਾਡੇ ਕਲਯੁਗ ਜੀਵਾਂ ਨਿਰਦਿਆਂ ਤੇ ਵਸਾ ਕੇ ਰੱਖਣਾ ਜੀ ਕਲਯੁਗ ਦੇ ਘੋਰ ਸੰਕਟਾਂ ਤੋਂ ਬਚਾ ਕੇ ਨਾਮ ਬਾਣੀ ਨਾਲ ਜੋੜ ਕੇ ਰੱਖਣਾ ਪਾਤਸ਼ਾਹ ਜੀ ਦੂਰੋਂ ਨੇੜੇ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰ ਲੈਣੀਆਂ ਤਿਲ ਫੁਲ ਭੇਟਾਵਾਂ ਅੰਗੀਕਾਰ ਕਰਨੀਆਂ ਜੀ ਚੱਲੇ ਹੋਏ ਕਦਮ ਕਦਮ ਲੇਖੇ ਵਿੱਚ ਲਾਉਣੇ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਚੜ੍ਹਦੀਆਂ ਕਲਾਂ ਬਖਸ਼ਣੀਆਂ ਪਾਤਸ਼ਾਹ ਜੀਓ ਨਗਰ ਖੇੜੇ ਸੁਖ ਸ਼ਾਂਤੀ ਰਸਾਉਣੀ ਸੰਗਤਾਂ ਵਿੱਚ ਆਪਸ ਵਿੱਚ ਮੇਲ ਜੋਲ ਪਾਕ ਦੀ ਦਾਤ ਬਖਸ਼ਣੀ ਗਰੀਬ ਨਵਾਜ ਪਾਤਸ਼ਾਹ ਜਿਨ੍ਹਾਂ ਜਿਨ੍ਹਾਂ ਗੁਰਮੁਖ ਸੰਗਤ ਵੱਲੋਂ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਤਨ ਮਨ ਧਨ ਦੇ ਨਾਲ ਸੇਵਾ ਨਿਭਾਈਆਂ ਗਈਆਂ ਨੇ ਸਭ ਦੀਆਂ ਸੇਵਾਵਾਂ ਪ੍ਰਵਾਨ ਕਰਨੀਆਂ ਸੱਚੇ ਪਾਤਸ਼ਾਹ ਜੀ ਚੜ੍ਹਦੀਆਂ ਕਲਾਂ ਦੀ ਦਾਤ ਬਖਸ਼ਣੀ ਗੁਰਮੁਖ ਸੰਗਤ ਵੱਲੋਂ ਸੱਚੇ ਪਾਤਸ਼ਾਹ ਜੀ ਆਪਣੀਆਂ ਕਿਰਤ ਕਮਾਈਆਂ ਨੂੰ ਸਫਲਾ ਕਰਨ ਵਾਸਤੇ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਤਿਹਾਵਲ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੋਏ ਆਪ ਜੀ ਬਖਸ਼ਿਸ਼ ਕਰੋ ਅਨਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੰਜਨ ਵਿਸ਼ਟਾਏ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਹੋ ਭੋਗ ਹਰ ਰਾਏ ਲੱਗਿਆ ਭੋਗ ਸਮੂਹ ਸਤਸੰਗ ਦੇ ਵਿੱਚ ਵਰਤੇ ਜੋ ਮੁੱਖ ਆਪ ਜੀ ਦਾ ਸ਼ੀਤ ਪ੍ਰਸ਼ਾਦ ਛਕੇ ਅਠੋ ਪਹਿਰ ਆਪ ਜੀ ਦਾ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਜਾਪ ਜਪੇ ਕਿਰਪਾ ਬਖਸ਼ਿਸ਼ ਕਰਨੀ ਪਾਤਸ਼ਾਹ ਜੀ ਗੁਰਮੁਖ ਸੰਗਤ ਵੱਲੋਂ ਆਪ ਜੀ ਨੂੰ
ਸੁੰਦਰ ਪੈ ਛਾਕੇ ਭੇਟਾ ਕੀਤੇ ਕਿਰਪਾ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ ਜੀ ਆਪ ਜੀ ਅੰਗੀਕਾਰ ਕਰਨੇ ਲੋੜ ਪੈਣ ਤੇ ਗੁਰਮੁਖਾਂ ਦੇ ਲੋਕ ਪ੍ਰਲੋਕ ਦੇ ਵਿੱਚ ਪੜਤ ਕਦਲੇ ਪੜਦੇ ਕਦ ਲੈਣੇ ਗਰੀਬ ਨਵਾਜ ਪਾਤਸ਼ਾਹ ਸਮੇਂ ਆਪ ਜੀ ਕਰੋ ਕਿਰਪਾ ਪਹੁੰਚੀਆਂ ਹੋਈਆਂ ਗੁਰਸਿੱਖ ਸੰਗਤਾਂ ਨੂੰ ਇਲਾਹੀ ਦਰਗਾਹੀ ਬਖਸ਼ ਕੇ ਕਿਰਤਾਰਥ ਕਰਨਾ ਜੀ ਸਹੀ ਪਿਆਰਾਂ ਦਾ ਮੇਲ ਬਖਸ਼ਣਾ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿੱਤਾ ਵੇ ਧੰਨ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਜੀ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ ਤੂੰ ਚਹੁ ਸੱਜਣ ਮਿੰਡਿਆ ਦੇਹੀ ਸਹਿਸ ਉਤਾਰ ਨੈਣ ਮਹਿੰਜੇ ਤਰਸਦੇ ਕਦ ਪੱਸੀ ਦੇ ਦਾਰ ਸੋ ਕਹੋ ਟਲ ਗੁਰ ਸੇਵੀਐ ਐਨ ਸਹਿਜ ਸੁਪਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨਵਾਂ ਮਨ ਰੇ ਕੌਣ ਕੁਮਤ ਤੈ ਲੀਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕਿੰਨੀ ਮਨ ਰੇ ਕੌਣ ਕੁਮਤ ਤੈ ਲੀਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕਿੰਨੀ ਰਹਾਉ ਨਹਿ ਉਪਜਿਓ ਕਛ ਗਿਆਨਾ ਕਟ ਹੀ ਮਾਹਿ ਨਿਰੰਜਣ ਤੇਰਾ ਤੈ ਖੋਜਤ ਉਦਿਆਨਾ ਬਹੁਤ ਜਨਮ ਭਰਮਤ ਤੈ ਹਾਰਿਓ ਅਸਥਿਰ ਮਤ ਨਹੀਂ ਪਾਈ ਮਾਨਸ ਦੇਹ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਬਹੁਤ
जन्म परमत तै हारियो अस्थिर मत नहीं पाई मानस देह पाए पद हर भज नानक बात बताई वाहेगुरु जी का खालसा वाहेगुरु जी की फतेह सर्वत सिख संतां